सो व्यूअर्स, आज का वीडियो वाकई बहुत स्पेशल है। भैया बोल रहे दिखाओ कि आज दिखाने के वाले हैं। अलग अलग तरह के प्रिंट्स आएंगे और अलग अलग तरह के रहने वाले हैं फैब्रिक्स। बहुत मस्त वीडियो है, ज्यादा टाइम नहीं लगाऊंगा। भैया बस ये बता दो स्टार्टिंग किस रेंज से करोगे? सब तो पहले तो भैणा नूं भरावां नूं प्यार भरी सत श्री अकाल। सिया कलेक्शन दे बहुत बहुत स्वागत है। नाल पता ही है कृपा बाबा दीप सिंह दी फुल कृपा ते गुस्ताखी माफ भी, जिहड़ी 3 दिन वीडियो नहीं आई। 3 दिन हुण पुछो भी, रीजन पुछो भी 3 दिन वीडियो ना आंदा करन, क्योंकि भैण भरा दा बहुत प्यार मिलिया जी, बहुत ज्यादा प्यार मिलिया। आ देखो फिर फोन वजणे शुरू हो चुके ने, बहुत ज्यादा प्यार मिलिया ਭਾਜੀ। ਦੂਰੋਂ ਦੂਰੋਂ ਸੋਨੀਪਤ ਕੀ, ਪੂਰਾ ਪੰਜਾਬ ਕੀ, ਹਿਮਾਚਲ ਕੀ, J&K ਕੀ, ਭੈਣ ਭਰਾ ਆ ਕੇ ਵਿਜ਼ਿਟ ਕਰਦੇ ਪਏ ਨੇ ਜੀ। ਤੇ ਹੁਣ ਦੇ ਜਿਹੜੇ ਸਰ ਆਪਾਂ ਅੱਜ ਆਰਟੀਕਲ ਦਿਖਾਉਣੇ ਆ ਨਾ, ਅੱਜ ਵੀ ਇੱਕ ਏਦਾਂ ਦਾ ਧਮਾਕਾ ਪਾਉਣ ਲੱਗਿਆ ਸਰ ਫੈਬਰਿਕ ਦਾ। ਓਕੇ, ਆਹ ਦੇਖੋ ਸਰ, ਪਿਓਰ ਡਿਜੀਟਲ ਪ੍ਰਿੰਟ ਬਾਏ ਆਰਟੈਕਸ। ਇਹ ਸਰ ਕੱਪੜਾ ਆਏਗਾ 2x2 ਦਾ, ਇੱਕ ਵਾਰ ਲਾਓ ਸਾਹਿਲ ਜੀ ਹੱਥ ਲਾਓ ਕੱਪੜੇ ਜੀ, ਬਿਲਕੁਲ ਬਿਆ ਸਰ 231 ਰੁਪਏ ਮੀਟਰ ਵਾਲਾ ਕੱਪੜਾ। ਜਦੋਂ ਅਸੀਂ ਇਹਦਾ ਰੇਟ ਪਾਉਣਾ ਨਾ, ਆਹ ਦੇਖੋ ਸਰ, ਪਿਓਰ ਵਿਸਕੋਸ ਔਰਗੈਂਜ਼ਾ ਡਿਜੀਟਲ। ਓਕੇ, ਉਹ ਵੀ ਇਹ ਸਰ ਸਾਰੇ ਬ੍ਰਾਂਡ ਦੇ ਕੱਪੜੇ ਦਿਖਾਣੇ ਆ ਆਪਾਂ। ਆ ਲਓ ਸਰ, ਪਿਓਰ ਵਿਸਕੋਸ ਸਾਟਨ ਅਰਮਾਨੀ। ਕੀ ਬਾਤ ਹੈ, ਜਿਹੜਾ ਸਰ ਇਹਦਾ ਆਪਾਂ ਰੇਟ ਦੇਣਾ ਨਾ ਅੱਜ, ਭੈਣ ਭਰਾ ਆਪ ਕਹਿਣਗੇ ਵੀ ਵੀਰੇ ਮਜ਼ਾ ਹੀ ਆ ਗਿਆ। ਬਸ ਰਿਕੁਐਸਟ ਇੱਕੋ ਹੀ ਆ, ਵੀਡੀਓ ਨੂੰ ਲਾਸਟ ਤੱਕ ਦੇਖਿਓ ਤੇ ਪਿਆਰੇ ਪਿਆਰੇ ਕਮੈਂਟ ਕਰ ਦਿਓ। ਜਿਹੜੇ ਆਪਾਂ ਕਮੈਂਟ ਵਾਲੇ ਗਿਫਟ ਕੱਢਣੇ ਸੀ, ਭੈਣ ਨਹੀਂ ਆਈ, ਕੱਲ੍ਹ ਵੀ ਨਹੀਂ ਆਈ ਸੀ, ਥੋੜ੍ਹੀ ਜਿਹੀ ਬਿਮਾਰ ਚੱਲਦੀ ਪਈ ਆ, ਕੱਲ੍ਹ ਤੱਕ ਉਹਨਾਂ ਨੇ ਆਉਣਾ, ਉਸ ਤੋਂ ਬਾਅਦ ਆਪਾਂ ਉਹਨਾਂ ਦੇ ਗਿਫਟ ਵੀ ਕੱਢਣੇ ਆ। ਜੀ ਜੀ ਬਿਲਕੁਲ, ਤੋ ਆਈਏ, ਜ਼ਿਆਦਾ ਟਾਈਮ ਨਹੀਂ ਲਗਾਤੇ ਹਾਂ, ਵੀਡੀਓ ਕੋ ਕਰਦੇ ਹਾਂ ਆਪ ਸੇ ਸਟਾਰਟ। ਆਪਣੇ ਵੀਡੀਓ ਕੋ ਐਂਡ ਤੱਕ ਜ਼ਰੂਰ ਦੇਖਣਾ। ਸਭ ਤੋਂ ਪਹਿਲਾਂ ਭਾਜੀ ਭੈਣਾਂ ਨੂੰ ਕੰਨੀ ਦਿਖਾਓ ਜ਼ੀਵਿਕਾ ਦੀ। ਜੀ ਬਿਲਕੁਲ, ਇਹ ਮਾਰਕੀਟ ਦੇ ਵਿੱਚ ਭਾਜੀ 950 ਰੁਪਏ ਦਾ ਸੂਟ ਵਿਕ ਰਿਹਾ ਜੀ, ਜੋਰਜਟ ਦਾ। ਪਰ ਜੋ ਸੀਆ ਕਲੈਕਸ਼ਨ ਨੇ ਅੱਜ ਇਹਦਾ ਰੇਟ ਦੇਣਾ ਨਾ, ਮੈਂ ਕਹਿੰਦਾ ਭੈਣ ਭਰਾ ਨੇ ਆਪ ਕਹਿ ਦੇਣਾ ਵੀ ਜਾਣਾ ਹੀ ਸੀਆ ਦੇ ਆ। ਸੋ ਵਿਊਅਰ ਸਭ ਚੈੱਕ ਕਰੇ, ਪ੍ਰਿੰਟ ਦੇਖੀਏ, ਬਾਕੀ ਬਹੁਤ ਲਾਜਵਾਬ ਸਾ ਪ੍ਰਿੰਟ ਹੈ, ਖਿੜਵਾ ਸਾ ਪ੍ਰਿੰਟ ਹੈ ਔਰ ਕੁਆਲਿਟੀ ਵਾਕਈ ਫਾਈਨ ਹੈ ਜੀ। ਮਤਲਬ ਬ੍ਰਾਂਡ ਭਾਜੀ ਪਿਓਰ ਵਿਸਕੋਸ ਜੋਰਜਟ ਹੈ, ਪਿਓਰ ਵਿਸਕੋਸ ਜੋਰਜਟ ਬਾਏ ਜੀਵਿਕਾ। ਜੀ ਜੀ ਬਿਲਕੁਲ, ਠੀਕ ਹੈ ਸਰ। ਬ੍ਰਾਂਡ ਦਾ ਕੱਪੜਾ ਨਾ, ਇਹਦੇ ਵਿੱਚ ਜਿਹੜੇ ਆਰਟੀਕਲ ਹੈ ਤੇ ਇਹਦੇ ਜਿਹੜੇ ਪ੍ਰਿੰਟ ਹੈ, ਇਹ ਤੁਹਾਨੂੰ ਮੈਂ ਦਿਖਾਉਣਾ ਸਰ, 90 ਤੋਂ 90 ਪ੍ਰਿੰਟ ਆ ਗਿਆ। ਅੱਜ ਆਪਾਂ ਸਾਵਨਸ ਮਿਲ, ਜੀਵਿਕਾ, ਆਰਟੈਕਸ ਤੇ ਰਾਮਟੈਕਸ ਜੀ। ਆ ਦੇਖੋ ਸਰ, ਹੁਣ ਪ੍ਰਿੰਟ ਦੇਖੋ, ਬਿਲਕੁਲ ਇਟਾਲੀਅਨ ਪ੍ਰਿੰਟ ਬਾਏ ਗਲਿੰਟਸ। ਆ ਦੇਖੋ ਸਰ, ਬ੍ਰਾਂਡ ਆ ਸਰ, ਬਹੁਤ ਵੱਡਾ ਬ੍ਰਾਂਡ ਹੈ। ਇਹ ਸ਼ੋਰੂਮ ਤੇ ਇਹੀ ਕੱਪੜੇ ਵਿਕ ਰਹੇ ਨੇ, 1500-1500 ਰੁਪਏ ਦੇ ਵੇਚਦੇ ਨੇ ਇਹ ਜੀ। ਪਰ ਸੀਆ ਕਲੈਕਸ਼ਨ ਇਹਦਾ ਸਰ ਰੇਟ ਹੀ ਕੁਛ ਨਹੀਂ ਦੇਣਾ, ਫਰੀ ਦਾ ਰੇਟ ਦੇ ਦੇਣਾ ਅੱਜ, ਫਰੀ ਦਾ। ਸੋ ਵਿਊਅਰਸ ਆਪ ਪ੍ਰਿੰਟ ਚੈੱਕ ਕਰੇ, ਦੇਖੀਏ ਹਰ ਇੱਕ ਤਰ੍ਹਾਂ ਕੀ ਪ੍ਰਿੰਟ ਕੀ ਆਪਕੀ ਡਿਮਾਂਡ ਪੂਰੀ ਹੋ ਰਹੀ ਹੈ, ਚਾਹੇ ਉਹ ਬੜਾ ਪ੍ਰਿੰਟ ਆ ਹੀ ਹੈ। ਦੇਖੀਏ ਇਸਮੇ ਛੋਟਾ ਪ੍ਰਿੰਟ ਆਪਕੋ ਮਿਲ ਰਿਹਾ। ਹੁਣ ਇੱਕ ਸਰ ਆਹ ਪ੍ਰਿੰਟ ਚੈੱਕ ਕਰੋ ਜੀ ਵੀਰ ਜੀ, ਇਹ ਆਪਣੇ ਕੋਲ ਥਾਨ ਹੈ, ਕੋਈ 10 ਮੀਟਰ ਦਾ, ਕੋਈ 20 ਮੀਟਰ ਦਾ, ਕੋਈ 50 ਮੀਟਰ ਦਾ ਤੇ ਕੋਈ 5 ਮੀਟਰ ਵੀ ਹੈ। ਓਕੇ, ਆਹ ਦੇਖੋ ਜੀਵਿਕਾ ਜੀ। ਹੁਣ ਇਹ ਨਾ ਕੱਪੜਾ ਦੇਖੋ, ਇਹ ਹੁੰਦੀ ਹੈ ਪਿਓਰ ਫੋਕਸ ਜੋਰਜਟ। ਹਾਂਜੀ, ਇਹ ਵਿਸਕੋਸ ਵਾਲੀ ਹੈ, ਜਿਹੜੀ ਸਭ ਤੋਂ ਵਧੀਆ ਜੋਰਜਟ ਹੁੰਦੀ ਹੈ ਜੀ। ਬਿਲਕੁਲ, ਇਹ ਮਤਲਬ ਨੋਰਮਲ ਚਾਲੂ ਜੋਰਜਟ ਨਹੀਂ ਹੈਗੀ ਇਹ। ਇਹਦੇ ਡਰੈਸਿਸ ਮਤਲਬ ਇਹ ਇੱਦਾਂ ਦਾ ਫੈਬਰਿਕ ਹੈ ਤਾਂ ਤੁਸੀਂ ਜੋ ਮਰਜ਼ੀ ਬਣਾਓ, XYZ ਕੁਛ ਵੀ ਬਣਾਓ। ਮਤਲਬ ਜੈਸੇ ਕਿ ਆਪਕੋ ਵੀ ਪਤਾ ਕਿ ਅੱਜ ਕੱਲ੍ਹ ਆ ਬੜੇ ਬੜੇ ਸ਼ੋਰੂਮ ਮੇ ਕੁੜਤੀਆਂ ਦੇਖਦੇ ਹੋ, 3600 ਰੁਪਏ ਕੀ ਕੁੜਤੀ, 2000-2500 ਵਾਲੀ ਕੁੜਤੀ, ਬਸ 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 ਗੱਲ ਹੀ ਬਸ ਇੱਥੇ ਖਤਮ ਹੋ ਗਈ। ਇਹ ਉਹ ਚੀਜ਼ ਆ ਭਾਜੀ, ਇਹਦੀ ਆ ਕੁੜਤੀਆਂ ਬਣਾਓ, ਇਹਦੇ ਕੋਟ ਸੈੱਟ ਬਣਾਓ, ਇਹਦਾ ਕੁਛ ਵੀ ਬਣਾਓ ਸਰ, ਕੁਛ ਵੀ ਜੀ। ਹੁਣ ਇੱਕ ਆਹ ਦੇਖੋ ਸਰ, ਇਹਦਾ ਜਿਹੜਾ ਪ੍ਰਿੰਟ ਆ ਗਿਆ, ਆਹ ਚੈੱਕ ਕਰੋ, ਲਓ ਆਪ ਚੈੱਕ ਕਰ ਸਕਦੇ ਹੋ ਇਸਕਾ ਕੋਟ ਸੈੱਟ, ਕਿੰਨਾ ਸੋਹਣਾ ਪ੍ਰਿੰਟ ਹੈ। ਤੇ ਆਹ ਦੇਖੋ ਬ੍ਰਾਂਡ ਜੀ, ਆ ਲਓ ਚੈੱਕ ਕਰੀ ਚੱਲੋ, ਨਾਲ ਨਾਲ ਜਿਹੜਾ ਆਰਟੀਕਲ ਜਿਹਨੂੰ ਪਸੰਦ ਹੈ ਉਹ ਪ੍ਰੋਵਾਈਡ ਕਰਵਾਵਾਂਗੇ। ਆ ਲਓ ਸਰ, ਹੁਣ ਇਹ ਆ ਗਿਆ ਰਾਮਟੈਕਸ ਦਾ, ਆਹ ਚੈੱਕ ਕਰੋ ਪਹਿਲਾਂ, ਪਰ ਕੰਨੀ ਨਹੀਂ ਹੈਗੀ ਇਹਦੀ, ਪਹਿਲਾਂ ਦੱਸ ਦਿੰਦਾ ਜੀ। ਕੰਮ ਜੋ ਹੋਊਗਾ ਕਲੀਅਰ ਕਰਕੇ ਦੱਸਣਾ, ਵੀ ਬਾਅਦ ਨੂੰ ਅਗਲੇ ਇਹ ਨਾ ਕਹਿਣ ਵੀ ਤੁਸੀਂ ਕਿਹਾ ਸੀ ਰਾਮਟੈਕਸ ਤੇ ਕਿੱਥੇ ਲਿਖਿਆ ਰਾਮਟੈਕਸ। ਇਹ 100% ਰਾਮਟੈਕਸ ਦਾ, ਚਾਹੇ ਮਿਲ ਤੇ ਜਾ ਕੇ ਟੈਸਟ ਕਰਵਾ ਲੈਣ।
ਜੇ ਰਾਮ ਟੈਕਸ ਤਾਂ ਨਾ ਹੋਇਆ ਜੀ, ਜੋ ਕਹਿਣਾ ਉਹ ਦੇਣਾ। ਬਿਲਕੁਲ, ਅਸੀਂ ਉਹ ਨਹੀਂ ਕਹਿਣਾ ਵੀ ਅਸੀਂ ਇਨਾਮ ਦੇਵਾਂਗੇ ਹੀ, ਤਾਂ ਉਹ ਕਹਿ ਸਕਦੇ ਹਾਂ ਵੀ 100% ਰਾਮ ਟੈਕਸ ਦਾ ਬਸ। ਔਰ ਸਰ ਬਾਤ ਕਰੇ ਆਪ ਇਹ ਅਲੱਗ ਅਲੱਗ ਤਰ੍ਹਾਂ ਕੇ ਬ੍ਰਾਂਡ ਕੇ ਕੋਨਸੈਪਟ ਦਿਖਾ ਰਹੇ ਹੈ, ਇੱਕ ਹੀ ਕੁਆਲਿਟੀ ਕੇ। ਹਾਂਜੀ, ਰੇਟ ਕੀ ਬਾਤ ਕਰੋ ਭਾਜੀ? ਰੇਟ ਬਹੁਤ ਮਿੱਠਾ ਰੇਟ ਦੇਣਾ ਸਰ, ਬਹੁਤ ਮਿੱਠਾ। ਕੋਈ 1000 ਨਹੀਂ ਦੇਣਾ ਆਪਾਂ ਇਹਦਾ, ਕੋਈ 900 ਨਹੀਂ ਦੇਣਾ ਜੀ, ਜੀ ਕੋਈ 800 ਵੀ ਨਹੀਂ ਦੇਣਾ, ਹਾਂਜੀ 750 ਵੀ ਨਹੀਂ ਦੇਣਾ, 700 ਵੀ ਨਹੀਂ ਦੇਣਾ ਭਾਜੀ ਇਹਦਾ ਰੇਟ। ਹੋਰ ਦੱਸੋ, 695 ਦੇ ਦਿਓ ਭਾਜੀ। ਆਹ ਲਓ ਸਰ, ਸਭ ਤੋਂ ਪਹਿਲਾਂ ਜ਼ਿਵਿਕਾ, ਹੁਣ ਤੁਸੀਂ ਸਰ ਕਹਿਤਾ 695 ਤੇ ਆਪਾਂ ਉੱਚੋ ਵੀ 25 ਹੋਰ ਘਟਾਤੇ, ਓਕੇ 670 ਰੁਪਏ ਦਾ ਦੇਵਾਂਗੇ ਸਰ, ਸਿਰਫ ਔਰ ਸਿਰਫ 670। ਜਿੱਥੇ ਮਰਜ਼ੀ ਸਰ ਹਿੰਦੁਸਤਾਨ ਦੀ ਗਾਰੰਟੀ ਦੇਤੀ, ਜਿੱਥੇ ਮਰਜ਼ੀ ਰੇਟ ਟਰਾਈ ਕਰਨ ਸਰ। ਅੱਛਾ, ਇਹ ਜੋ ਰਾਮ ਟੈਕਸ ਦਾ ਦਿਖਾਇਆ ਇਹ ਵੀ ਸੇਮ ਰੇਟ ਸਰ, 670 ਰੁਪਏ ਜੇ ਦੇ ਦੇਣਾ ਉਹਨਾਂ ਨੂੰ ਆਪਾਂ। ਸੋ ਜਲਦੀ ਸੇ ਜਲਦੀ ਸਕਰੀਨਸ਼ਾਟ ਲੈ, ਵਟਸਐਪ ਕਰੇ, ਨੰਬਰ ਆਪਕੋ ਸਕਰੀਨ ਕੇ ਉਪਰ ਮੈਂਸ਼ਨ ਹੈ ਵਿਊਅਰਸ, ਔਰ ਇਹ ਦੇਖੀਏ ਸਰ, ਕਲਰ ਪ੍ਰਿੰਟ ਬਹੁਤ ਆ ਚੁੱਕੇ ਨੇ ਸੀਆ ਕਲੈਕਸ਼ਨ ਦੇ ਵਿੱਚ, ਜਿਹੜੇ ਭੈਣ ਭਰਾ ਨੇ ਵਿਜ਼ਿਟ ਕਰਨਾ ਉਹ ਵੱਧ ਤੋਂ ਵੱਧ ਵਿਜ਼ਿਟ ਕਰਨ ਆ ਕੇ। ਆਹ ਦੇਖੋ ਸਰ, ਜ਼ਿਵਿਕਾ ਚੈੱਕ ਕਰ ਸਕਦੇ ਹਾਂ ਵਿਊਅਰਸ, ਆਪ ਪ੍ਰੋਪਰ ਇਹ ਸਰ ਆਨਲਾਈਨ 950-995 ਰੁਪਏ ਅੱਜ ਵੀ ਮਾਲ ਵਿਕ ਰਿਹਾ ਜੀ ਜ਼ਿਵਿਕਾ ਦਾ। ਹਾਂਜੀ, ਪਰ ਆਪਣਾ ਜਿਹੜਾ ਰੇਟ ਹੈ 670 ਰੁਪਏ, ਸਿਰਫ ਔਰ ਸਿਰਫ 670 ਰੁਪੀਸ ਕੀ। ਆਹ ਲਓ ਸਰ, ਹੁਣ ਆ ਗਿਆ ਆਰਟ ਟੈਕਸ ਦਾ ਜੀ, ਕੰਨੀ ਨਾਲ ਲੱਗੀ ਹੋਊਗੀ, ਆਰਟ ਟੈਕਸ ਦੀ ਜ਼ੋਰਜ਼ਟ ਹੈ, ਬਹੁਤ ਹੀ ਫਾਈਨ ਵਾਲੀ ਪ੍ਰਿੰਟ ਦੇਖੋ ਪ੍ਰੋਪਰ। ਹਾਂਜੀ, ਆਹ ਟੈਕਸ ਦੀ ਜੋਰਜੈਟ ਤੇ ਪ੍ਰਿੰਟ ਦੇਖੋ, ਕਲਰ ਦੇਖੋ ਸਰ, ਕਿਆ ਚੀਜ਼ ਹੈ ਜੀ। ਮਤਲਬ ਜਿਹੜਾ ਆਰਟੀਕਲ ਜਿਹੜੇ ਭੈਣ ਭਰਾ ਨੂੰ ਪਸੰਦ ਹੈ, ਫਟਾਫਟ ਆਰਡਰ ਬੁੱਕ ਕਰ ਦੇਣ, ਕਿਉਂਕਿ ਇਹ ਆਰਟੀਕਲ ਜ਼ਿਆਦਾ ਦੇਰ ਰੁਕਣੇ ਨਹੀਂ ਹੈਗੇ। ਮੈਨੂੰ ਪਤਾ ਜਦੋਂ ਵੀਡੀਓ ਪੈਣੀ ਆ, ਬਹੁਤ ਭੈਣ ਭਰਾ ਦਾ ਪਿਆਰ ਮਿਲਦਾ ਪਿਆ, ਇਹ ਤਾਂ ਨਾਲੋ ਨਾਲ ਮਾਲ ਕਲੀਅਰ ਹੋ ਜਾਣਾ। ਸੋ ਵਿਊਅਰ ਸਾਹਿਬ ਚੈੱਕ ਕਰੇ, ਬਹੁਤ ਲਾਜਵਾਬ, ਮਤਲਬ ਸਭ ਤੋਂ ਬੜੀ ਬਾਤ ਹੈ ਕਿ ਇਹ ਕਲਰ ਹੀ ਦੇਖੀਏ ਕਿੰਨਾ। ਆਹ ਚੈੱਕ ਕਰੋ ਭਾਜੀ, ਹੁਣ ਬਲੂ ਕਲਰ ਜੀ, ਇਹ ਵੀ ਜ਼ਿਵਿਕਾ ਬ੍ਰਾਂਡ ਦੀ ਪਿਓਰ ਵਧੀਆ ਵਾਲੀ ਜੋਰਜੈਟ ਆ ਸਰ। ਇਹ ਨਾ ਮੰਨ ਕੇ ਚੱਲੀਏ ਫਲਾਵਰ ਵਗੈਰਾ ਸੇ ਕੁਛ ਹਟਕੇ ਪ੍ਰਿੰਟ ਹੈ, ਅਗਰ ਆਪਕੋ ਚਾਹੀਏ। ਔਰ ਇਹ ਦੇਖੀਏ ਇਸ ਪੇ ਔਰ ਵੀ ਡਿਜ਼ਾਈਨ। ਲੋ ਸਰ, ਵਰਾਇਟੀ ਬਹੁਤ ਸਾਰੀ ਲੈ ਕੇ ਆਏ ਹਾਂ, ਜਿਨ੍ਹਾਂ ਵਾਸਤੇ ਬਹੁਤ ਵਰਾਇਟੀ ਲੱਭ ਕੇ ਲੈ ਕੇ ਆਏ ਹਾਂ। ਅਤੇ ਹੁਣ ਇੱਕ ਆਹ ਪ੍ਰਿੰਟ ਚੈੱਕ ਕਰੋ ਜੀ, ਆਪ ਚੈੱਕ ਕਰੇ ਜੀ। ਆਹ ਦੇਖੋ ਸਰ, ਕਲਰ ਦੇਖੋ ਕਿੰਨਾ ਸੋਹਣਾ ਕਲਰ ਹੈ। ਜੈਸਾ ਕਿ ਆਪਕੋ ਪਤਾ ਕਿ ਮੌਸਮ ਮੇਂ ਬਦਲਾਵ ਹੋ ਰਹਾ ਹੈ, ਤੋ ਯਹੀ ਫੈਬਰਿਕ ਜੋ ਹੈ ਵਿਵਰਸ ਵੇਅਰ ਹੋਏ ਜਾਏਂਗੇ ਆਪਕੇ। ਜੀ ਬਿਲਕੁਲ ਭਾਜੀ ਬਿਲਕੁਲ, ਆਹ ਦੇਖੋ ਪ੍ਰਿੰਟਿੰਗ ਦੇਖੋ, ਨਾਲੇ ਸਰ ਇਹਦੀ ਇੱਕ ਖਾਸੀਅਤ ਹੋਰ ਦੱਸ ਦਿੰਦਾ, ਜਿਹੜੀ ਨੋਰਮਲ ਜੋਰਜਟ ਹੁੰਦੀ ਨਾ ਟਰਾਂਸਪੇਰੈਂਟ ਹੁੰਦੀ ਹੈ, ਦੇਖੋ ਟਰਾਂਸਪੇਰੈਂਟ ਨਹੀਂ ਹੈਗੀ ਇਹ, ਫਿਰ ਵੀ ਲਾਈਨਿੰਗ ਤਾਂ ਚਲੋ ਲਾਣੀ ਪੈਣੀ ਹੈ, ਪਰ ਇਹ ਕੱਪੜੇ ਦੀ ਫੋਲ ਤੋਂ ਪਤਾ ਲੱਗ ਜਾਂਦਾ ਵੀ ਇਹ ਕੱਪੜੇ ਦੇ ਵਿੱਚ ਕਿਆ ਚੀਜ਼ ਹੈ। ਬਿਲਕੁਲ, ਭਰਮਾ ਕੱਪੜਾ ਹੈ ਵਿਵਰਸ, ਆਪਕੇ ਸਾਹਮਣੇ ਕੁਆਲਿਟੀ ਬੜੀ ਹੈ, ਔਰ ਉਸੀ ਕੇ ਸਾਥ ਸਾਥ ਇਹ ਵੀ ਪ੍ਰਿੰਟ ਦੇਖੋ। ਹੁਣ ਸਰ ਇੱਕ ਆਹ ਪ੍ਰਿੰਟ ਦੇਖੋ, ਇਹਦਾ ਪ੍ਰਿੰਟ ਸਰ ਇਹਦੇ ਵਿੱਚ ਤੁਹਾਨੂੰ ਇੰਨੇ ਸਾਰੇ ਦੇ ਦੇਣੇ ਆ ਆਪਾਂ ਵੀ ਭੈਣਾਂ ਨੇ ਆਪ ਕਨਫਿਊਜ਼ ਹੋ ਜਾਣਾ। ਪਰ ਸਰ ਇੱਕ ਚੀਜ਼ ਹੋਰ ਦੱਸ ਦਿੰਦਾ ਜੀ, ਜਿਹੜੇ ਭੈਣ ਭਰਾ ਨੇ ਇਹਦੇ ਨਾਲ ਦੇ ਸੂਟ ਲੈਣੇ ਆ 10 ਜੀ, ਮੈਨੂੰ ਸਕਰੀਨਸ਼ੋਟ ਭੇਜਣ ਘੱਟੋ ਘੱਟ 15-20 ਦਾ, ਓਕੇ। ਕਿਉਂਕਿ ਕਾਰਨ ਕੀ ਹੁੰਦਾ, ਕਈ ਵਾਰ ਸੂਟ ਵਿਕ ਜਾਂਦੇ ਨੇ, ਫਿਰ ਭੈਣ ਭਰਾ ਕਹਿੰਦੇ ਵੀ ਤੁਸੀਂ ਸਾਨੂੰ ਕਿਉਂ ਨਹੀਂ ਦਿੰਦੇ ਪਏ। ਬਿਲਕੁਲ, ਜੇ 15-20 ਭੇਜਣਗੇ ਤਾਂ ਸਰ 10-12 ਤਾਂ ਉਹਨਾਂ ਦੇ ਫਾਈਨਲ ਹੀ ਹੈ ਨਾ। ਹਾਂਜੀ, ਆ ਲਓ ਸਰ, ਆਹ ਚੈੱਕ ਕਰੋ। ਸੋ ਵਿਵਰ ਸਾਹਿਬ ਜਲਦੀ ਸੇ ਜਲਦੀ ਸਕਰੀਨਸ਼ੋਟ ਲੈ ਕੇ ਵਟਸਐਪ ਕਰੇ, ਨੰਬਰ ਆਪਕੋ ਸਕਰੀਨ ਕੇ ਉਪਰ ਮੈਂਸ਼ਨ ਹੈ। ਆ ਦੇਖੋ ਸਰ, ਜ਼ਿਵਿਕਾ ਦੀ ਪਿਓਰ ਪ੍ਰਿੰਟ ਜੋਰਜਟ ਹੈ ਜੀ ਜੀ। ਇਹ ਸਰ ਵੱਡੇ ਵੱਡੇ ਸ਼ੋਪਕੀਪਰ ਵੇਚਦੇ ਨੇ 1000 ਤੋਂ ਲੈ ਕੇ 1500 ਤੱਕ। ਹਾਂਜੀ, ਕੋਈ ਵੇਚ ਰਿਹਾ 995, ਪਰ ਸੀਆ ਕਲੈਕਸ਼ਨ ਦੇਣ ਜਾ ਰਹੀ ਹੈ ਸਰ ਸਿਰਫ 670 ਰੁਪਏ ਦੇ ਵਿੱਚ ਜੀ। ਸਾਰੀ ਗੱਲ ਦੇਖੀਏ ਵਿਊਅਰਸ, ਉਹ ਭਾਜੀ ਹੁਣ ਇੱਕ ਆਰਟੀਕਲ ਹੋਰ ਦਿਖਾਉਣ ਜਾ ਰਹੇ ਹਾਂ ਜੀ, ਆਰਟ ਟੈਕਸ ਦਾ। ਓਕੇ, ਜਿੱਥੇ ਮਰਜ਼ੀ ਪਹਿਲਾਂ ਭੈਣ ਭਰਾ ਪਤਾ ਕਰ ਲੈਣ, 2x2 ਦੀ ਕਾਟਨ ਹੈ ਸਰ ਜੀ, 2x2। ਜਿਹੜਾ ਆਪਾਂ ਇਹਦਾ ਵੀ ਰੇਟ ਦੇਣਾ ਨਾ ਅੱਜ ਸਰ, ਬੜਾ ਵਧੀਆ ਰੇਟ ਦੇ ਦੇਣਾ ਆਪਾਂ ਇਹਦਾ ਵੀ। ਕੱਪੜਾ ਬਹੁਤ ਫਾਈਨ ਹੈ ਸਰ, ਬਹੁਤ ਪ੍ਰੀਮੀਅਮ ਕਾਟਨ ਹੈ ਇਹ, ਪ੍ਰੀਮੀਅਮ। ਲਾਓ ਕੱਪੜੇ ਨੂੰ ਹੱਥ ਇੱਕ ਵਾਰ ਤੁਸੀਂ ਆਪ, ਅਤੇ ਨਾਲ ਦੱਸੋ। ਵਾਕਈ ਸਰ
ਕਾਬਲੇ ਤਾਰੀਫ ਆ ਭਾਜੀ। ਇਹਦੇ ਨਾਲ ਦਾ ਜਿਹੜਾ ਸੇਮ ਫੈਬਰਿਕ ਆ ਰਾਮਟੈਕਸ ਵੀ ਬਣਾਉਂਦਾ, ਉਹਦਾ ਜਿਹੜਾ ਸਰ ਹੋਲਸੇਲ ਰੇਟ ਹੈ ਨਾ 281 ਰੁਪਏ ਮੀਟਰ ਹੋਲਸੇਲ ਦਾ ਰੇਟ ਹੈ ਜੀ। ਪਰ ਜਿਹੜਾ ਆਪਾਂ ਇਹਦਾ ਰੇਟ ਦੇਵਾਂਗੇ ਭੈਣਾਂ ਨੂੰ ਫਾਇਦੇ 'ਚ ਦੇਵਾਂਗੇ ਬਸ। ਓਕੇ, ਹੁਣ ਇੱਕ ਆਹ ਚੀਜ਼ ਦੇਖੋ ਸਰ, ਕਾਟਨ ਦੇ ਵਿੱਚ ਬਹੁਤ ਹੀ ਵਧੀਆ, ਆਹ ਦੇਖੋ ਬ੍ਰਾਂਡ ਦਾ ਆਰਟੀਕਲ ਆਏਗਾ, ਇਹ ਆ ਗਿਆ ਮੈਚਿੰਗ ਦੇ ਵਿੱਚ ਜੀ ਸਰ। ਆਹ ਆ ਗਈ ਸਰ ਇਹਦੀ ਬੋਟਮ, ਅਤੇ ਨਾਲ ਜਿਹੜੀ ਇਹਦੀ ਸ਼ਰਟ ਹੈ ਉਹ ਆ ਗਈ ਡਿਜੀਟਲ ਦੇ ਵਿੱਚ। ਆ ਲਓ ਸਰ ਚੈੱਕ ਕਰੋ, ਕਾਟਨ 100% ਪ੍ਰੀਮੀਅਮ ਕਾਟਨ ਹੈ ਜੀ, ਪ੍ਰੀਮੀਅਮ ਕਾਟਨ ਜੀ। ਮਤਲਬ ਇਸਕੇ ਨਾ ਆਪ ਚੈੱਕ ਕਰ ਸਕਤੇ ਹੈਂ, ਸੈਲਫ ਟੈਕਸਚਰ ਸੇ ਪਤਾ ਲੱਗ ਜਾਏਗਾ ਕਿ ਕਾਟਨ ਹੈ ਕੈਸੀ ਹੈ, ਆਪ ਚੈੱਕ ਕਰ ਸਕਤੇ ਹੈਂ ਜੀ। ਇਹ ਸਰ 100% ਪ੍ਰੀਮੀਅਮ ਕਾਟਨ ਹੈ, ਇਹਦੇ ਵਿੱਚ ਇੱਕ ਕਲਰ ਆ ਗਿਆ ਆਹ ਵਾਲਾ, ਹਾਂਜੀ, ਤੇ ਇੱਕ ਆ ਗਿਆ ਸਰ ਇਹਦਾ ਆਹ ਵਾਲਾ ਕਲਰ ਜੀ, ਬਿਲਕੁਲ ਸਰ। ਰੇਟ ਸਰ ਆਪਾਂ ਇਹਦਾ ਵੀ ਬੜਾ ਜ਼ਬਰਦਸਤ ਵਾਲਾ ਰੇਟ ਦੇਣਾ, ਹਾਂਜੀ, ਵੀ ਭੈਣ ਭਰਾ ਆਪ ਕਹਿਣਗੇ ਬਈ ਮਜ਼ਾ ਆ ਗਿਆ ਕੱਪੜਾ ਲੈ ਕੇ ਤੇ ਵਰਾਇਟੀ ਲੈ ਕੇ ਜੀ। ਕਿਉਂਕਿ ਜਦੋਂ ਭੈਣਾਂ ਕਮੈਂਟ ਕਰਦੀਆਂ ਨੇ ਨਾ, ਕਿਉਂਕਿ ਆਊਟ ਆਫ ਇੰਡੀਆ ਤੋਂ ਬਹੁਤ ਪਿਆਰ ਮਿਲਦਾ ਪਿਆ ਭੈਣਾਂ ਭਰਾਵਾਂ ਦਾ, ਬਹੁਤ ਪਿਆਰ। ਆ ਲਓ ਸਰ ਹੁਣ ਆਰਟ ਟੈਕਸ ਦੇ ਵਿੱਚ ਇੱਕ ਕਲਰ ਆ ਵੀ ਆ ਗਿਆ। ਸੋ ਵਿਊਅਰਸ, ਵਾਕਈ ਮਤਲਬ ਅਗਰ ਆਲਾ ਦਰਜੇ ਕਾ ਪਿਆਰ ਦੇਤੇ ਹੋ ਹਮਕੋ ਵੀ ਆਲਾ ਦਰਜੇ ਕੇ ਡਿਜ਼ਾਈਨਸ ਲਾਣੇ ਪੜਤੇ ਹੈ ਜੀ, ਖਾਸ ਆਪ ਕੇ ਲੀਏ ਮਿਹਨਤ ਕਰਨੀ ਪੜਤੀ ਹੈ। ਸਿਰਫ ਭੈਣਾਂ ਭਰਾਵਾਂ ਵਾਸਤੇ ਮਿਹਨਤ ਕਰਦੇ ਹਾਂ, ਨਵੀਂ ਤੋਂ ਨਵੀਂ ਚੀਜ਼ ਸੋਚ ਕੇ ਲੈ ਕੇ ਆਈਏ, ਵੀ ਭੈਣਾਂ ਨੂੰ ਇੱਦਾਂ ਦੀ ਚੀਜ਼ ਦਈਏ ਵੀ ਜਿਹੜਾ ਭੈਣਾਂ ਆਪ ਕਹਿਣ ਵੀ ਕੱਪੜਾ ਲੈਣਾ ਤਾਂ ਸੀਆ ਤੋਂ ਹੀ ਲੈਣਾ। ਦੇਖੋ ਫੈਬਰਿਕ ਕੀ ਤਾਰੀਫ ਕਰਤੇ ਹੋਏ ਨਹੀਂ ਥਕੇਂਗੇ, ਆਪ ਚੈੱਕ ਕਰ ਸਕਤੇ ਜਬ ਘਰ ਮੇਂ ਇਹ ਪੀਸ ਜਾਏਗਾ ਨਾ ਆਪਕੇ ਜੀ, ਆਪ ਕਹੋਗੇ ਇੱਕ ਪਰਸਨਲੀ ਵੀਡੀਓ ਕਾਲ ਕਰਕੇ ਕਿ ਭਈਆ ਮਜ਼ਾ ਆ ਗਿਆ। ਭਾਜੀ ਕੱਪੜੇ ਟੌਪ ਕਲਾਸ ਕੱਪੜੇ ਆਣਗੇ, ਟੌਪ ਕਲਾਸ ਵਰਾਇਟੀ ਮਿਲਣੀ ਹੈ। ਹਾਂਜੀ, ਆ ਲਓ ਸਰ ਹੁਣ ਇੱਕ ਆ ਗਿਆ ਸਰ, ਇਹ ਆ ਗਿਆ ਸਰ ਮਸਲਿਨ ਦੇ ਵਿੱਚ। ਇਹ ਦੇਖੀਏ ਸਭ ਚੈੱਕ ਕਰ ਸਕਤੇ ਜੀ ਪ੍ਰੋਪਰ, ਕਿਉਂਕਿ ਸਰ ਜਿਹੜਾ ਜਿਹੜਾ ਕੱਪੜਾ ਹੋਊਗਾ ਨਾ ਮੈਂ ਨਾਲ ਨਾਲ ਮੈਂਸ਼ਨ ਕਰੀ ਜਾਣਾ। ਆ ਲਓ ਸਰ ਇਹ ਆ ਗਿਆ ਮਸਲਿਨ ਦੇ ਵਿੱਚ, ਪ੍ਰਿੰਟਿੰਗ ਦੇਖੋ ਸਰ ਕਿੰਨੀ ਵਧੀਆ ਪ੍ਰਿੰਟਿੰਗ ਹੈ, ਕੋਈ ਟ੍ਰਾਂਸਪੇਰੈਂਸੀ ਨਹੀਂ ਹੈਗੀ ਸਰ, ਕੋਈ ਲਾਈਨਿੰਗ ਦੀ ਨੀਡ ਨਹੀਂ ਹੈਗੀ ਕੱਪੜੇ ਨੂੰ ਜੀ। ਔਰ ਇਸ ਪੇ ਆਪ ਚੈੱਕ ਕਰ ਸਕਤੇ ਹੈਂ ਇੱਕ ਹੋਰ ਪ੍ਰਿੰਟ ਬਹੁਤ ਸਰ। ਹੁਣ ਇੱਕ ਆਹ ਚੀਜ਼ ਦੇਖੋ ਤੁਸੀਂ ਜਾਮ ਦੇ ਵਿੱਚ ਸਰ, ਹਾਂਜੀ, ਪਿਓਰ ਜਾਮ ਕਾਟਨ ਰਹੇਗੀ ਸਰ, ਉਹ ਵੀ ਬਰੀਕ ਚੈੱਕ ਦੇ ਵਿੱਚ ਸਰ ਜੀ, ਆਪ ਚੈੱਕ ਕਰ ਸਕਤੇ ਵਿਊਅਰਸ, ਮਤਲਬ ਇਹ ਆਪ ਪ੍ਰੋਪਰ ਦੇਖੀਏਗਾ ਕਿ ਜੋ ਚੈੱਕ ਕਾ ਡਿਜ਼ਾਈਨ ਹੈ ਨਾ ਕੁਛ ਹਟਕੇ ਹੈ ਸਰ। ਇਹਦੇ ਸੂਟ ਵੀ ਬਹੁਤ ਚੱਲਦੇ ਨੇ ਇਹਦਾ, ਜੇ ਕਿਸੇ ਨੇ ਜੈਂਟਸ ਕੁੜਤਾ ਬਣਾਉਣਾ ਜੈਂਟਸ ਕੁੜਤਾ ਬਣਾ ਲੈਣ, ਜੈਂਟਸ ਸ਼ਰਟ ਬਣਾਉਣੀ ਹੈ ਇਹਦੀ ਜੈਂਟਸ ਸ਼ਰਟ ਵੀ ਬਹੁਤ ਬਹੁਤ ਵਧੀਆ ਲੱਗਦੀ ਹੈ। ਬਿਲਕੁਲ, ਆਹ ਦੇਖੋ ਭਾਅ ਜੀ ਬ੍ਰਾਂਡ ਸਹਿਜ ਜੀ, ਮਤਲਬ ਇਹਦੇ ਵਿੱਚ ਭਾਅ ਜੀ ਬਹੁਤ ਵਧੀਆ ਵਧੀਆ ਤੁਹਾਨੂੰ ਆਰਟੀਕਲਸ ਮਿਲਣੇ ਹੁਣ ਸਰ। ਇਹਦੇ ਵਿੱਚ ਹੀ ਇੱਕ ਆਹ ਲੈ ਆਏ ਹਾਂ ਸਟ੍ਰਾਈਪ ਲਾਈਨਿੰਗ ਦੇ ਵਿੱਚ ਭਾਅ ਜੀ, ਫੈਬਰਿਕ ਮਤਲਬ ਵਹੀ ਸੇਮ ਮਾਨ ਕੇ ਚਲੇਗੀ। ਇਸ ਪੇ ਵੀ ਫੋਰਮੂਲਾ ਹੈ ਕਿ ਅਗਰ ਆਪਕੋ ਸ਼ਰਟਸ ਵਗੈਰਾ ਬਣਾਉਣੀ ਹੈ ਨਾ, ਅਗਰ ਲੇਡੀਜ਼ ਨੇ ਵੀ ਸ਼ਰਟਸ ਬਣਾਉਣੀ ਹੈ ਤਾਂ ਉਨਕੇ ਲਈ ਬੈਸਟ ਫੈਬਰਿਕ ਹੈ ਇਹ। ਭਾਅ ਜੀ ਇਹ ਤਾਂ ਕੱਪੜਾ ਹੀ ਬਹੁਤ ਫਾਈਨ ਹੈ, ਆਪ ਚੈੱਕ ਕਰੇ ਦੇਖੋ ਸਰ ਕੱਪੜਾ, ਇਸਕੀ ਫਿਟਿੰਗ ਬਹੁਤ ਅੱਛੀ ਆਤੀ ਹੈ ਵਿਊਅਰਸ, ਫੈਬਰਿਕ ਕੀ ਆਪ ਚੈੱਕ ਕਰ ਸਕਤੇ ਹੈ ਸਰ, ਇਹ ਬਹੁਤ ਹੀ ਫਾਈਨ ਕੱਪੜਾ ਰਹੇਗਾ। ਇਹਦੀ ਜਿਹੜੀ ਸਰ ਕੁਆਲਿਟੀ ਆ ਉਹ ਤਾਂ ਮੈਂ ਕਹਿੰਦਾ ਵੀ ਤੁਸੀਂ ਆਪ ਕਹਿਣਾ ਵੀ ਹਾਂ ਵੀ ਮਜ਼ਾ ਆ ਗਿਆ ਕੱਪੜਾ ਲੈ ਕੇ ਅਤੇ ਵਰਾਇਟੀ ਦੇਖ ਕੇ ਜੀ ਜੀ, ਬਿਲਕੁਲ ਵੇਚੇ, ਕਿਉਂਕਿ ਸਰ ਇਹਦੇ ਵਿੱਚ ਕਾਰਨ ਕੀ ਹੈ, ਜਿਹੜੇ ਰੇਟ ਦੇ ਦੇਣੇ ਆਪਾਂ ਭੈਣਾਂ ਭਰਾਵਾਂ ਨੂੰ, ਹਾਂਜੀ, ਉਹਨਾਂ ਨੇ ਆਪ ਕਹਿ ਦੇਣਾ ਵੀ ਫਟਾਫਟ ਸੂਟ ਭੇਜ ਦਿਓ, ਪਰ ਇੱਕ ਚੀਜ਼ ਸਰ ਹੋਰ ਦੱਸ ਦਿੰਦਾ, ਜਿਹੜਾ ਇਹਦੇ ਨਾਲ ਦਾ ਸਟੋਕ ਹੈ ਜੀ, ਸਟੋਕ ਸਰ ਆਪਣੇ ਕੋਲ ਲਿਮਿਟਡ ਹੀ ਆ, ਵੀ ਕੋਈ ਬਹੁਤ ਜ਼ਿਆਦਾ ਸਟੋਕ ਨਹੀਂ ਹੈਗਾ ਇਹਦੇ ਨਾਲ ਦਾ। ਮਤਲਬ ਜਿਹੜੀ ਗੱਲ ਕਰਾਂਗੇ ਸਰ ਪਹਿਲਾਂ ਕਲੀਅਰ ਦੱਸ ਦਈਏ, ਕੋਈ 10 ਮੀਟਰ ਦਾ ਥਾਨ ਹੈ, ਕੋਈ 15 ਦਾ ਥਾਨ ਹੈ ਸਰ, ਕੋਈ 20 ਦਾ ਥਾਨ ਹੈ।
ਔਰ ਅਗਰ ਮੈਂ ਬਾਤ ਕਰੂੰ ਭਾਜੀ ਰੇਟ ਕੀ ਤੋਂ ਰੇਟ ਕਿਆ ਰਹੇਗਾ ਇਸ ਆਰਟੀਕਲ ਕਾ? ਸਰ ਜਿਹੜਾ ਆਪਾਂ ਇਹਦਾ ਰੇਟ ਦੇਣ ਜਾ ਰਹੇ ਹਾਂ, ਹਾਂਜੀ ਇਹਦਾ ਵੀ ਰੇਟ ਸਰ ਆਪਾਂ ਤੁਹਾਨੂੰ ਬਸ ਸਮਝ ਲਓ ਇੱਕ ਫਰੀ ਦਾ ਰੇਟ ਹੀ ਦੇਣਾ। ਓਕੇ ਬਿਲਕੁਲ ਰੀਅਲਟੀ 'ਚ ਕਹਿ ਰਿਹਾ, ਰੀਅਲਟੀ 'ਚ ਫਰੀ ਦਾ ਰੇਟ ਹੀ ਦੇ ਦੇਣਾ ਸਰ ਆਪਾਂ ਇਹਦਾ ਵੀ। ਆਹ ਲਓ ਸਰ, ਆਹ ਦੇਖੋ ਦੇਖੋ ਕਿੰਨਾ ਸੋਹਣਾ ਪ੍ਰਿੰਟ ਹੈ, 100% ਸਰ ਪਿਓਰ ਕੋਟਨ 2x2 ਦੀ। ਜੀ ਜੀ ਬਿਲਕੁਲ। ਆਹ ਚੈੱਕ ਕਰੋ ਸਰ ਨਾਲ ਆਹ ਟੈਕਸ ਦਾ ਡਿਜੀਟਲ ਪ੍ਰਿੰਟ ਸਰ, ਇਹ ਦੇਖੀਏ ਆਹ ਟੈਕਸ ਦਾ ਸਰ ਡਿਜੀਟਲ ਪ੍ਰਿੰਟ ਹੈ ਸਰ। ਇਹਦਾ ਜਿਹੜਾ ਰੇਟ ਹੈ ਇਹ ਵੀ ਤੁਹਾਨੂੰ ਬਾਜ਼ਾਰ ਦੇ ਵਿੱਚ ਮੇਰੀ ਗਰੰਟੀ ਹੈ, ਜੇ ਤੁਹਾਨੂੰ 1000 ਤੋਂ ਥੱਲੇ ਕੋਈ ਦੇ ਜੇ ਤੇ ਤਾਂ ਕਹਿ ਦਿਓ ਜੀ, ਪਰ ਸਰ ਆਪਾਂ ਇਹਦਾ ਰੇਟ ਵੀ ਭੈਣਾਂ ਨੂੰ ਫਾਇਦਾ ਕਰ ਦੇਣਾ। ਹਾਂਜੀ 695 ਰੁਪਏ ਦੇ ਦੇਣਾ ਭਾਜੀ ਆਪਾਂ, ਸਿਰਫ ਔਰ ਸਿਰਫ 695 ਕੀ ਪ੍ਰਾਈਸ ਰੇਂਜ ਹੈ। ਲੂਟ ਲੋ ਮੇਲਾ ਆਫਰ ਹੈ। ਦੇਖੀਏ ਅਮੂਮਨ ਇਨ ਫੈਬਰਿਕਸ ਕੇ ਜੋ ਰੇਟਸ ਹੋਤੇ ਹੈ ਆਪਕੋ ਵੀ ਪਤਾ ਹੈ ਕਿ 895 995 ਆਮ ਹੋਤੇ ਹੈ, ਲੇਕਿਨ ਆਜ ਕੀ ਵੀਡੀਓ ਮੇ ਮਾਤਰ ਔਰ ਮਾਤਰ 695 ਮੇ ਖਾਸ ਆਪਕੇ ਲੀਏ ਭਾਜੀ 695 ਰੁਪਏ ਚ ਬਸ ਆਪਾਂ ਫਾਇਦਾ ਕਰਨਾ ਜੀ। ਆਲੋ ਸਰ ਅਭੀ ਇਹ ਵੀ ਇੱਕ ਸਿੰਗਲ ਸੂਟ ਹੈ 5 ਮੀਟਰ ਦਾ ਜੀ ਬਿਲਕੁਲ। ਕੱਪੜਾ ਦੇਖੋ ਬਹੁਤ ਹੀ ਪ੍ਰੀਮੀਅਮ ਸਰ ਕੱਪੜਾ। ਆਹ ਬਾਤ ਦੇਖੀਏ ਵਹੀ ਆ ਗਈ ਕਿ ਜਿਸ ਕਾ ਸਕਰੀਨਸ਼ੋਟ ਪਹਿਲੇ ਆ ਗਿਆ ਉਸਕਾ ਇਹ ਆਰਟੀਕਲ ਹੈ। ਬਿਲਕੁਲ ਭਾਜੀ ਬਿਲਕੁਲ, ਲੜਨਾ ਕਿਸੇ ਨੇ ਨਹੀਂ ਹੈ, ਵੈਸੇ ਸਭ ਕੋ ਸੂਟਸ ਮਿਲੇਗੇ, ਲੇਕਿਨ ਥੋੜ੍ਹਾ ਸਾ ਆਪਕੋ ਜਲਦੀ ਕਰਨਾ ਪੜੇਗਾ। ਅਭੀ ਇਹ ਦੇਖੀਏ ਹੁਣ ਇੱਕ ਆਹ ਦੇਖੋ ਸਰ, ਇਹ ਸਰ ਆ ਕੇ ਪਹਿਲਾਂ ਹੀ ਵਿਕ ਗਿਆ। ਆਹ ਦੇਖੋ 10 ਮੀਟਰ ਦਾ ਥਾਨ ਸੀ। ਓਕੇ ਇਹ ਪਹਿਲਾਂ ਹੀ ਦੱਸਦਾ ਕਾ ਇਹ ਜਦੋਂ ਸਟੋਕ ਆਇਆ ਸੀ ਇਹ ਨਾਲ ਹੀ ਵਿਕ ਗਿਆ ਹੈ। ਇਹ ਥੋੜ੍ਹਾ ਜਿਹਾ ਕੱਪੜਾ ਹੀ ਆ, ਚੈੱਕ ਕਰ ਲੈਣ ਡਿਜੀਟਲ ਦੇ ਵਿੱਚ ਕੱਪੜਾ ਰਾਮਟੈਕਸ ਦਾ। ਦੇਖੋ ਸਰ ਕਿੰਨਾ ਵਧੀਆ ਏਅਰ ਕੂਲ ਦਾ ਕੱਪੜਾ, ਬਿਲਕੁਲ ਇਹ ਵੀ ਸਰ ਫਾਇਦੇ 'ਚ ਹੀ ਦੇ ਦੇਣਾ ਆਪਾਂ ਬਸ 695 ਰੁਪਏ ਦੇ ਵਿੱਚ ਸਰ ਪ੍ਰੋਪਰ ਆਪਾਂ ਭੈਣਾਂ ਭਰਾਵਾਂ ਨੂੰ ਆਹ ਵਾਲੇ ਆਰਟੀਕਲ ਪ੍ਰੋਵਾਈਡ ਕਰਵਾ ਦੇਣੇ ਹੈ ਜੀ। ਬਸ ਜਿਹੜਾ ਇਹਨਾਂ ਨੂੰ ਪਸੰਦ ਹੈ ਜਲਦੀ ਤੋਂ ਜਲਦੀ ਆਪਣਾ ਸਕਰੀਨਸ਼ੋਟ ਲੈਣ ਅਤੇ ਔਡਰ ਪਲੇਸ ਕਰਨ। ਹੁਣ ਤੁਹਾਨੂੰ ਭਾਅ ਜੀ ਕੁਛ ਅਲੱਗ ਚੀਜ਼ਾਂ ਦਿਖਾਉਣਾ ਜੀ। ਹੁਣ ਇੱਕ ਆਹ ਚੀਜ਼ ਦੇਖੋ, ਪਿਓਰ ਵਿਸਕੋਸ ਸਾਟਨ ਜੀ, ਠੀਕ ਹੈ ਸਰ। ਜਿਹੜਾ ਰੇਟ ਇਹਦਾ ਵੀ ਦੇ ਦੇਣਾ ਆਪਾਂ, ਬਸ ਮੈਂ ਕਹਿੰਦਾ ਸਾਹਿਲ ਭਾਜੀ ਨਾ ਮਜ਼ਾ ਆ ਗਿਆ ਨਾ ਭੈਣਾਂ ਨੂੰ ਤਾਂ ਕਹਿਣ। ਜਿੰਨੇ ਨਵੇਂ ਭੈਣ ਭਰਾ ਨੇ ਉਹਨਾਂ ਨੂੰ ਇੱਕ ਹੀ ਰਿਕੁਐਸਟ ਹੈ, ਸਿੰਗਲ ਇੱਕ ਪੀਸ ਮੰਗਵਾਉਣ ਤਾਂ ਪਤਾ ਲੱਗੂਗਾ ਕੱਪੜਾ ਕੀ ਹੈ ਸੀਆ ਕਲੈਕਸ਼ਨ ਦਾ। ਜੀ ਜੀ ਬਿਲਕੁਲ, ਸੀਆ ਕਲੈਕਸ਼ਨ ਦੀ ਵਰਾਇਟੀ ਕੀ ਹੈ ਬਿਲਕੁਲ। ਔਰ ਇਸਕੇ ਉੱਪਰ ਮੈਂ ਆਪਕੋ ਪਹਿਲੇ ਬਤਾ ਦੂੰ ਕਿ ਡਿਜੀਟਲ ਪ੍ਰਿੰਟ ਜੋ ਹੈ ਨਾ ਆਪਕੋ ਇਤਨਾ ਸ਼ਾਨਦਾਰ ਲੱਗੇਗਾ ਨਾ, ਆਪ ਚੈੱਕ ਕਰੇ। ਰੇਟ ਸਰ ਇਹਦਾ ਵੀ ਫਰੀ ਦਾ ਹੀ ਰੇਟ ਹੈ ਜੀ। ਕੋਈ 1000 ਨੀ ਦੇਣਾ ਸਰ, ਕੋਈ 900 ਨੀ ਦੇਣਾ, ਕੋਈ 800 ਵੀ ਨੀ ਦੇਣਾ ਸਰ, ਕੋਈ 700 ਵੀ ਨੀ ਦੇਣਾ। ਇਹਦਾ ਵੀ ਸਰ 695 ਰੁਪਏ ਲਾ ਦਿੱਤਾ ਸਰ ਫਲੈਟ ਦੇ ਕੇ ਤੁਹਾਡੀ ਵਰਾਇਟੀ ਦੇਖ ਕੇ ਵਹੀ ਬਾਤ ਹੈ ਕਿ ਪ੍ਰਿੰਟ ਹੀ ਆਪਕੋ ਐਸੇ ਦਿਖਾ ਰਹੇ ਹੈ ਕਿ ਅਗਰ ਆਪਨੇ ਦੋ ਲੈਣੇ ਹੈ ਤਾਂ ਆਪ ਪਾਂਚ ਸੇ ਛੇ ਸੂਟ ਲੈ ਕੇ ਜਾਏਂਗੇ ਕਿਉਂਕਿ ਆਹ ਚੈੱਕ ਕਰੋ ਸਰ ਪਿਓਰ ਵਿਸਕੋਸ ਸਾਟਨ ਜੀ ਪ੍ਰਿੰਟ ਵੀ ਇਹ ਵੀ ਸਰ ਪਿਓਰ ਵਿਸਕੋਸ ਸਾਟਨ
मतलब आजकल इतनी हिट डिमांड है ना, आप कुछ भी बना सकते हैं। देखिए रॉ मटेरियल चेक करो सर, भी बना सकते हैं आप इसका। प्योर विस्कोस साटन जी, सिर्फ ते सिर्फ सर जी 695 रुपए की रहेगी सर इसकी रेंज। क्या बात है जी, क्या बात है, 695 के प्राइस रेंज में आपको मिलेगा ये। सर अपने को कोई 15 मीटर का थान है, कोई 10 मीटर का थान है, कोई 20 मीटर का थान है, हाँ जी, कोई 5 मीटर का थान है जी। हुण आ देखो सर किन्ना सोहना प्रिंट लेके आया, प्योर विस्कोस साटन दे विच सर। वाओ, डिजिटल प्रिंटिंग है ते आ देखो सर, है चीज बोल दी है मुंह सर। वाकई सर वन पीस ड्रेस वाकई इसकी बहुत बढ़िया बनने वाली सर। 695 रुपए जे देना सर, सिर्फ 695 जे, जिथे मर्जी भैन भरा ਇਹਦਾ ਰੇਟ ਟਰਾਈ ਕਰਨ ਤੇ ਉਸ ਤੋਂ ਬਾਅਦ ਮੈਨੂੰ ਇਹਦਾ ਸਕਰੀਨਸ਼ਾਟ ਭੇਜਣ। ਬਿਲਕੁਲ, ਆਹ ਦੇਖੋ ਸਰ ਇਹਦਾ ਆ ਗਿਆ ਸਰ, ਇਹ ਵਾਲਾ ਆਪਣਾ ਪਹਿਲਾ ਪ੍ਰਿੰਟ ਜੀ ਸਰ। ਇੱਕ ਵਾਰ ਆਪਾਂ ਰਿਪੀਟ ਵੀ ਕਰ ਦਈਏ, ਇਹ ਦੇਖੀਏ ਚੈੱਕ ਵਾਲਾ ਜੋ ਹੋ ਗਿਆ, ਇਹ ਆਪ ਚੈੱਕ ਕਰ ਸਕਦੇ ਹੋ ਕਿਤਾ ਬਿਹਤਰੀ। ਹੁਣ ਆ ਲਓ ਸਰ ਇਹਦਾ ਆ ਗਿਆ ਇੱਕ ਸੈਕਿੰਡ ਵਨ ਪ੍ਰਿੰਟ, ਹਾਂ ਜੀ, ਚੈੱਕ ਦੇ ਵਿੱਚ, ਉਹ ਵੀ ਸਾਟਨ ਦੇ ਵਿੱਚ ਆ, ਬਹੁਤ ਵਧੀਆ ਐਲੀਗੈਂਟ ਚੀਜ਼। ਤੇ ਆ ਲਓ ਸਰ ਇੱਕ ਆਫ ਵਾਈਟ ਦੇ ਉੱਪਰ ਸਰ, ਕਾਨੀ ਅੰਬੀ ਪ੍ਰਿੰਟ, ਬਿਲਕੁਲ ਉਹ ਵੀ ਸਰ ਸਾਟਨ ਦੇ ਵਿੱਚ, ਕਿਉਂਕਿ ਸਰ ਇਹ ਡਰੈਸਾਂ ਨੇ ਨਾ ਕਸਟਮਾਈਜ਼ ਕਰਵਾ ਕੇ ਸਰ ਇਹ ਬੁਟੀਕ ਦੇ ਵਿੱਚ ਬਹੁਤ ਕੋਸਟਲੀ ਵਿਕਦੀਆਂ ਨੇ, ਬਹੁਤ ਕੋਸਟਲੀ। ਫਲੇਅਰ ਹੀ ਬੜੀ ਅੱਛੀ ਆਤੀ ਹੈ, ਕਿਉਂਕਿ ਸਰ ਇਹਦੀ ਖਾਸੀਅਤ ਕੀ ਹੈ, ਫ੍ਰੀ ਫੋਲ ਕੱਪੜਾ ਹੁੰਦਾ, ਇਹ 1% ਵੀ ਸਰ ਇਹ 'ਚ ਰਿੰਕਲ ਨਹੀਂ ਪੈਂਦਾ ਜੀ। ਬਿਲਕੁਲ, ਆਹ ਦੇਖੋ ਸਰ ਇਹਦਾ ਫੋਰਥ ਵਨ ਕਲਰ, ਹਾਂਜੀ, ਕਲਰ ਸਰ ਬੜੇ ਵਧੀਆ ਵਧੀਆ ਨੇ ਅਤੇ ਰੇਟ ਤੁਹਾਨੂੰ ਦੱਸ ਹੀ ਦਿੱਤਾ ਆਪਾਂ, 695 ਦੇ ਵਿੱਚ ਸਰ ਪ੍ਰੋਵਾਈਡ ਕਰਵਾ ਦੇਣਾ ਸਰ। ਪਰ ਪੂਰੇ ਭਾਰਤ ਕੀ ਗਰੰਟੀ ਹੈ, ਇੰਡੀਆ ਕੇ ਕਿਸੀ ਵੀ ਕੋਨੇ, ਇੰਡੀਆ ਹੀ ਨਹੀਂ ਜੀ, ਵਰਲਡ ਕੇ ਕਿਸੀ ਵੀ ਕੋਨੇ ਮੈਂ ਮੰਗਵਾ ਸਕਤੇ ਹੈ ਐਸੇ ਕੋਨਸੈਪਟ ਜੀ, ਸੀਆ ਕਲੈਕਸ਼ਨ ਲੁਧਿਆਣਾ ਜੀ। ਤੇ ਆ ਲਓ ਭਾਜੀ, ਜੀ ਜੀ ਬਿਲਕੁਲ ਭਿਆ, ਬਤਾਈਏ ਇੱਕ ਰਹਿ ਗਿਆ ਸੀ ਭਾਜੀ ਇਹਦੇ ਵਿੱਚ ਪ੍ਰਿੰਟ ਨਾ ਸਾਟਨ ਦੇ ਵਿੱਚ। ਤੇ ਆ ਲਓ ਸਰ ਆਪਾਂ ਇਹ ਵੀ ਦਿਖਾ ਦਈਏ, ਫਿਰ ਉਸ ਤੋਂ ਬਾਅਦ ਆਪਾਂ ਨੈਕਸਟ ਦਿਖਾਵਾਂਗੇ। ਸੋ ਇਹ ਦੇਖੀਏ ਵਿਊਅਰਸ, ਕੁਛ ਇਸ ਤਰ੍ਹਾਂ ਸੇ ਬਹੁਤ ਹੀ ਲਾਜਵਾਬ ਸੇ ਪ੍ਰਿੰਟਸ ਹੈ, ਸਿਰਫ ਔਰ ਸਿਰਫ 695 ਰੁਪਏ ਕੀ ਪ੍ਰਾਈਸ ਰੇਂਜ ਹੈ। ਨੈਕਸਟ ਆਰਟੀਕਲ ਦੇਖੀਏ, ਹੁਣ ਲੈ ਕੇ ਆਏ ਹਾਂ ਭੈਣਾਂ ਵਾਸਤੇ ਅਰਗੈਂਜ਼ਾ। ਹਾਂਜੀ ਹੈਲੋ ਸਰ, ਪਿਓਰ ਵਿਸਕੋਸ ਦੀ ਅਰਗੈਂਜ਼ਾ, ਉਹ ਵੀ ਸਰ ਡਿਜੀਟਲ ਪ੍ਰਿੰਟ ਦੇ ਵਿੱਚ ਜੀ। ਬਿਲਕੁਲ, ਹੈਲੋ ਸਰ, ਲਾਓ ਕੱਪੜੇ ਨੂੰ ਹੱਥ, ਕਿੰਨਾ ਫਾਈਨ ਫੈਬਰਿਕ ਹੈ, ਬਿਲਕੁਲ ਸੋਫਟ ਕੁਆਲਿਟੀ ਹੈ ਸਰ ਇਹ। ਔਰ ਖੁਸ਼ੀ ਕੀ ਬਾਤ ਹੈ ਕਿ ਇਹ ਵੀ ਰਿੰਕਲ ਫਰੀ ਹੈ, ਆਪ ਚੈੱਕ ਕਰ ਸਕਤੇ ਹੈ। ਹੈਲੋ ਸਰ, ਇਹਦੇ ਵਿੱਚ ਆਪਾਂ ਔਰਗੈਂਜ਼ਾ ਦੇ ਵਿੱਚ ਤੁਹਾਨੂੰ ਬਹੁਤ ਸਾਰੇ ਕਲਰ ਅਤੇ ਬਹੁਤ ਸਾਰੇ ਸਰ ਦਿਖਾ ਦੇਣੇ ਆ ਪ੍ਰਿੰਟ। ਆਹ ਦੇਖੋ ਸਰ ਹੈ ਚੀਜ਼ ਵਾਕਈ ਸਰ, ਸਰ ਇਹ ਹੁਣ ਦੇਖੋ ਲਾਓ ਕੱਪੜੇ ਨੂੰ ਹੱਥ, ਸਰ ਇਹ ਕਸਟਮਾਈਜ਼ ਕਰਵਾ ਲਿੱਤੀ ਜਾਏ ਨਾ ਚੀਜ਼ ਇਹ ਸਰ 400 ਰੁਪਏ ਮੀਟਰ ਕੱਪੜਾ ਵਿਕ ਰਿਹਾ ਮਾਰਕੀਟ ਦੇ ਵਿੱਚ, ਕਿਉਂਕਿ ਸਰ ਮੈਂ 2.5 ਮੀਟਰ ਨਹੀਂ ਦੇਣਾ, ਇਹ ਚੀਜ਼ ਮੈਂ ਪਹਿਲਾਂ ਕਲੀਅਰ ਦੱਸ ਦਿੰਦਾ, ਮੈਂ 5-5 ਮੀਟਰ ਹੀ ਦੇਣੇ ਆ ਸਰ ਇਹਦੇ ਵਿੱਚੋਂ। ਜੀ ਜੀ ਬਿਲਕੁਲ, ਆਪਾਂ ਸਰ ਪੂਰਾ 5 ਮੀਟਰ ਦਾ ਪੀਸ ਦੇਣਾ, ਆਪਾਂ ਰੇਟ ਹੀ ਸਰ ਉਹਨਾਂ ਨੂੰ 2.5 ਦੇ ਹਿਸਾਬ ਨਾਲ ਦੇ ਦੇਣਾ। ਹੁਣ 400 ਰੁਪਏ ਮੀਟਰ ਸਰ ਬਾਹਰ ਵਿਕਦਾ ਇਹ ਜੀ, ਠੀਕ ਹੈ, ਅਤੇ 2.5 ਮੀਟਰ ਸਰ ਕਿੰਨੇ ਦਾ ਹੋ ਗਿਆ, 400 ਦੇ ਹਿਸਾਬ ਨਾਲ ਜੇ ਆਪਾਂ ਲਾਈਏ ਤਾਂ 1000 ਰੁਪਏ ਦਾ ਹੋ ਗਿਆ ਸਰ ਇਹ ਜੀ। ਅਤੇ ਆਪਾਂ ਸਰ ਉਹਨਾਂ ਨੂੰ 1000 ਵੀ ਨਹੀਂ ਖਰਚਣ ਦੇਣਾ। ਹਾਂਜੀ, ਹੁਣ ਇੱਕ ਆਹ ਦੇਖੋ ਸਰ, ਔਰਗੈਂਜ਼ੇ ਦੇ ਵਿੱਚ ਡਿਜੀਟਲ ਟਿਸ਼ੂ ਔਰਗੈਂਜ਼ਾ ਸਰ, ਹੁਣ ਇਹਦਾ ਤੁਸੀਂ ਪ੍ਰਿੰਟ ਦੇਖੋ ਅਤੇ ਇਹਦੇ ਕੱਪੜੇ ਨੂੰ ਲਾਓ ਹੱਥ ਸਰ, ਬਲਿੰਡਸ ਆਹ ਦੇਖੋ ਸਰ, ਦੇਖੀਏ ਜੀ ਖੁਦ ਬਾ ਖੁਦ ਦੇਖੀਏ ਕੁਆਲਿਟੀ ਸਰ ਇਹਦਾ ਜਿਹੜਾ ਰੇਟ ਹੈ ਨਾ, ਇਹ ਸਰ ਦੁਪੱਟਾ ਸੂਟ ਕਸਟਮਾਈਜ਼ ਕਰਕੇ 5-5 ਹਜ਼ਾਰ ਰੁਪਏ ਦਾ ਇਹ ਸੂਟ ਵਿਕਦਾ। ਇਹ ਮਤਲਬ ਆਮ ਚੀਜ਼ਾਂ ਨਹੀਂ ਹੈ ਜੀ, ਮੈਂ ਸਭ ਤੋਂ ਬੜੀ ਬਾਤ ਕਰੂੰ, ਬਾਕੀ ਫੈਬਰਿਕ ਬਹੁਤ ਫਾਈਨ ਹੈ ਔਰ ਪਿਆ
ਪ੍ਰਾਈਸ ਕੀ ਬਾਤ ਕਰੇ ਆਪ ਕਿਸ ਰੇਂਜ ਪੇ ਦੇ ਦੋ? ਭਾਜੀ ਪ੍ਰਾਈਸ ਤਾਂ ਆਪਾਂ ਇਹਦਾ ਬੜਾ ਨੋਰਮਲ ਦੇਵਾਂਗੇ ਭੈਣਾਂ ਨੂੰ, ਬਹੁਤ ਨੋਰਮਲ ਪ੍ਰਾਈਸ ਦੇਵਾਂਗੇ। ਜਿਹੜਾ ਸਰ ਆਪਾਂ ਇਹਦਾ ਪ੍ਰਾਈਸ ਦੇਣਾ ਹੈ ਨਾ, ਇਹਦਾ ਪ੍ਰਾਈਸ ਸਰ ਆਪਾਂ ਦੇ ਦੇਣਾ ਭੈਣਾਂ ਨੂੰ ਸਿਰਫ ਤੇ ਸਿਰਫ ਜੀ 895 ਰੁਪਏ ਦਾ ਸਰ। ਅੱਛਾ, ਸਿਰਫ ਔਰ ਸਿਰਫ 895 ਕੀ ਪ੍ਰਾਈਸ? ਹੁਣ ਸਰ ਇਹ ਕਾਹ ਲਓ, ਇਹ ਰਾਮਟੈਕਸ ਦਾ ਹੀ ਬੇਸ ਆ ਸਰ। ਹਾਂਜੀ, ਆ ਲਓ ਪਿਓਰ ਵਿਸਕੋਸ ਔਰਗੈਂਜ਼ਾ, ਚੈੱਕ ਕਰ ਸਕਦੇ ਆ ਜੀ ਪ੍ਰੋਪਰ। ਸਰ ਇਹੀ ਕੱਪੜੇ ਦੇ ਰਾਮਟੈਕਸ ਦੇ ਸੂਟ ਬੰਦੇ ਨੇ ਜਿਹੜੇ 2500 3000 3500 ਦੀ ਰੇਂਜ 'ਚ ਬਣ ਰਹੇ ਹੈ। ਬਿਲਕੁਲ ਸਰ, ਸੀਆ ਕਲੈਕਸ਼ਨ ਦੇਣ ਜਾ ਰਿਹਾ 895 ਰੁਪਏ ਦੇ ਵਿੱਚ, ਉਹ ਵੀ ਡਿਜੀਟਲ ਦੇ ਵਿੱਚ ਸਰ। ਔਰ ਸਿਰਫ 895 ਕੀ ਪ੍ਰਾਈਸ ਰੇਂਜ ਹੈ। ਔਰ ਸਭਸੇ ਬੜੀ ਬਾਤ ਹੈ ਕਿ ਇਹ ਜੋ ਸਾਈਡ ਬੋਰਡਰ ਦੀਏ ਹੋਏ ਨਾ, ਆਪ ਇਸਕੋ ਕਹੀਂ ਮਰਜ਼ੀ ਯੂਜ਼ ਕਰ ਸਕਦੇ ਆ, ਚਾਹੇ ਉਹ ਨੈਕ ਕੇ ਉੱਪਰ ਚਾਹੇ ਬੋਰਡਰ ਕੇ ਉੱਪਰ। ਸਰ ਚੀਜ਼ਾਂ ਹੀ ਆਪਾਂ ਡਿਫਰੈਂਟ ਦੇ ਦੇਣੀਆਂ ਨੇ, ਵੀ ਜਿਹੜਾ ਜਿਹਨੂੰ ਜਿੰਨਾ ਚਾਹੀਦਾ ਲੈ ਲੈਣ, 10 ਮੀਟਰ ਚਾਹੀਦਾ, 5 ਮੀਟਰ ਚਾਹੀਦਾ। ਆਹ ਦੇਖੋ, ਇਹ ਇਹ ਨਾ ਸੋਚਣ ਇਹ ਖਰਾਬ ਹੈ, ਇਹ ਸ਼ੇਡਡ ਹੈ ਸਰ ਇਹ। ਆਪਕੋ ਪਤਾ ਟਾਈ ਐਂਡ ਡਾਈ ਸਟਾਈਲ ਪ੍ਰੋਪਰ, ਇਹ ਬੜੀਆ। ਆਹ ਦੇਖੋ ਸਰ, ਇਹ ਸਾਰਾ ਥਾਂ ਸ਼ੇਡਡ ਹੈ, ਇਹ ਸ਼ੇਡਡ ਦੇ ਵਿੱਚ ਆ। ਪ੍ਰਿੰਟ ਦੇਖੋ, ਚੀਜ਼ ਦੇਖੋ ਸਰ। ਇਹਦੀ ਜੇ ਕੁੜਤੀ ਬਣਾ ਲਿੱਤੀ ਜਾਏ ਨਾ, ਇਹਦੀ ਜੇ ਡਰੈਸ ਬਣ ਜੇ ਜੀ, ਮੈਂ ਕਹਿੰਦਾ ਸਰ ਪਤਾ ਲੱਗੂਗਾ ਵੀ ਹਾਂ ਵੀ ਕੋਈ ਫੈਬਰਿਕ ਪਾਇਆ ਹੈ ਕਿਸੇ ਨੇ। ਆਹ ਦੇਖੋ ਬਿਲਕੁਲ, ਹੁਣ ਆਹ ਜਿਹੜੀ ਚੀਜ਼ ਆ ਕੱਟ ਕੇ ਚਾਹੇ ਆਪਾਂ ਸਲੀਵਸ 'ਤੇ ਵੀ ਲਾ ਸਕਦੇ ਹਾਂ, ਬਿਲਕੁਲ ਜਿੱਥੇ ਮਰਜ਼ੀ ਲਾ ਸਕਦੇ ਹਾਂ ਸਰ ਆਪਾਂ। ਇਹ 895 ਰੁਪਏ ਦੇ ਵਿੱਚ ਸਰ ਦੇ ਦਿੰਦੇ ਹਾਂ। ਕਲਰ ਪ੍ਰਿੰਟ ਤਾਂ ਮੈਂ ਕਹਿੰਦਾ ਇੱਕ ਤੋਂ ਇੱਕ ਦੇਣੇ ਆ ਸਰ, ਮਤਲਬ ਜਿੰਨੀ ਤਾਰੀਫ ਕਰੇ ਉਤਨੀ ਕਮ ਹੈ ਜੀ। ਆਪ ਚੈੱਕ ਕਰ ਸਕਦੇ ਆ ਕਲਰ ਪ੍ਰਿੰਟਸ ਕੀ ਜੀ। ਮਾਰਕੀਟ ਦੇ ਵਿੱਚ 400 ਰੁਪਏ ਮੀਟਰ ਵੇਚਦੇ ਪਏ ਨੇ ਇਹੀ ਕੱਪੜਾ ਜੀ। 400 ਰੁਪਏ ਮੀਟਰ ਦਾ ਮਤਲਬ ਸਰ ਲਾ ਕੇ ਚੱਲੋ ਵੀ ਜੇ 2.5 ਮੀਟਰ ਵੀ ਹੋਵੇ 1000 ਦਾ। ਸੀਆ ਕਲੈਕਸ਼ਨ ਸਰ ਦੇਣ ਜਾ ਰਿਹਾ 895 ਰੁਪਏ ਦਾ, 5 ਮੀਟਰ ਦਾ ਸੂਟ ਹੈ। ਤੇ ਹੁਣ ਸਰ ਦੱਸੋ ਕੌਣ ਸਸਤਾ ਤੇ ਕੌਣ ਮਹਿੰਗਾ? ਸਭਸੇ ਬੜੀ ਬਾਤ ਹੈ, ਦੇਖੀਏ ਹਮ ਵੀ ਸਮਝਦੇ ਕਿ ਆਪ ਬੋਲੋ ਕਿ ਫੈਬਰਿਕ ਕੈਸਾ ਹੈ। ਵੈਸੇ ਤੋ ਦੇਖੋ ਗਰੰਟੀ ਹੈ, ਅਗਰ ਆਪਕੋ ਤਬ ਵੀ ਹੈ ਨਾ, ਆਪ ਐਸਾ ਕਰੋ ਸਾਥ ਮੇਂ ਆਪਕੇ ਕੋਈ ਮਾਨ ਕੇ ਚਲੋ ਰਿਸ਼ਤੇਦਾਰ ਜਾਂ ਫਿਰ ਕੋਈ ਬਹਿਨ ਹੋਗੀ, ਉਸਕੋ ਬੋਲੋ ਭਾਈ 5 ਮੀਟਰ ਮੰਗਾਤੇ ਹੈ, ਦੋਨੋ ਸ਼ਰਟ ਬਣਵਾ ਲੇਂਗੇ। ਬਸ ਬਸ ਬਸ, ਫੈਬਰਿਕ ਆਪ ਯੂਜ਼ ਕਰਕੇ ਇੱਕ ਵਾਰ ਦੇਖੀਏ, ਫਿਰ ਬਾਅਦ ਮੇਂ ਆਪ 5 ਕੀ ਜਗ੍ਹਾ ਨਾ 20 ਮੀਟਰ ਆਪਨੇ ਲਿਆ ਤਬ ਬੋਲਣਾ। ਆਪ ਚੈੱਕ ਕਰ ਸਕਦੇ ਕਿਆ ਡਿਜ਼ਾਈਨ। ਆਹ ਦੇਖੋ ਇਹਦੀ ਹੁਣ ਪ੍ਰਿੰਟਿੰਗ ਦੇਖੋ ਵੀ ਕਿਆ ਚੀਜ਼ ਹੈ ਜੀ, ਤੇ ਕਿਆ ਇਹਦੀ ਪ੍ਰਿੰਟਿੰਗ ਹੈ, ਰੋਇਲ ਲੁੱਕ ਮੇਂ ਹੈ ਇਹ ਆਰਟੀਕਲ। ਮਤਲਬ ਐਲੀਗੈਂਟ ਚੀਜ਼ਾਂ ਨੇ ਸਰ, ਐਲੀਗੈਂਟ ਫੈਬਰਿਕ ਹੈ। ਰੇਟ ਦੇ ਤਾ ਸਰ ਸੀਆ ਵਾਲਿਆਂ ਨੇ 895 ਰੁਪਏ ਸਰ, 895 ਕੀ ਪ੍ਰਾਈਸ ਰੇਂਜ ਹੈ। ਔਰ ਸਰ ਇਤਨਾ ਤੋ ਆਪਕੋ ਵੀ ਪਤਾ ਹੈ ਕਿ ਦੇਖੀਏ ਮੇਨ ਜੋ ਹੈ ਕਾਰੀਗਰ, ਯਾਨੀ ਕਿ ਬੁਟੀਕ ਵਾਲੇ ਹੈ ਜੋ ਇਨਕੇ ਉੱਪਰ ਕਲਾਕਾਰੀ ਕਰਕੇ ਬਹੁਤ ਕਮਾ ਸਕਤੇ ਹੈ ਸਰ। ਆਹ ਲੋ ਨੇ ਕਾ ਚੀਜ਼ ਵੀ ਲੈ ਆਏ ਹੈ, ਨੈਚੁਰਲ ਦੇ ਵਿੱਚ ਹੈ ਸਰ ਇਹ। ਪਹਿਲਾਂ ਦੱਸ ਦਿੰਦਾ ਇਹ ਨੈਚੁਰਲ ਦੇ ਵਿੱਚ ਆ, ਉਹ ਵੀ ਬ੍ਰਾਂਡ ਦਾ। ਇਹ ਕਰੇਪ ਲੈ ਆਏ ਹੈ ਸਰ। ਓਕੇ, ਆਹ ਲਓ ਸਰ ਚੈੱਕ ਕਰੋ, ਐਸਾ ਲੱਗ ਰਿਹਾ ਕਿ ਅਭੀ ਕਿ ਅਭੀ ਇਹ ਬਾਹਰ ਆ ਜਾਏਗੀ ਸਟ੍ਰੋਬੇਰੀ। ਹਾਂ, ਆਹ ਚੈੱਕ ਕਰੋ ਸਰ, ਵਾਓ ਬ੍ਰਾਂਡ ਦਾ ਸਰ ਸੌਦਾ, ਬ੍ਰਾਂਡ ਦੀਆਂ ਚੀਜ਼ਾਂ ਨੇ, ਬਹੁਤ ਹੀ ਪ੍ਰੀਮੀਅਮ ਕੁਆਲਿਟੀ ਲਏ ਆਏ ਆ ਸਰ ਜੀ। ਸਿਰਫ 895 ਰੁਪਏ ਦਾ ਸਰ, 5 ਮੀਟਰ ਦਾ ਤੁਹਾਨੂੰ ਦੇ ਦੇਣਾ ਆਪਾਂ ਸੂਟ। ਇਸਕਾ ਵੀ ਪ੍ਰਾਈਸ ਸਿਰਫ ਔਰ ਸਿਰਫ 895। ਹਾਂਜੀ, 800 ਸਰ 95 ਰੁਪਏ ਦੀ ਰੇਂਜ ਰਹੇਗੀ। ਅਤੇ ਕਲਰ ਪ੍ਰਿੰਟ ਤਾਂ ਮੈਂ ਕਹਿੰਦਾ ਸਰ ਤੁਸੀਂ ਆਪ ਕਹਿ ਦੇਣਾ ਵੀ ਕਿਹੜਾ ਲਈਏ ਅਤੇ ਕਿਹੜਾ ਛੱਡੀਏ ਜੀ। ਬਿਲਕੁਲ ਵੀਰ ਜੀ, ਆਪ ਚੈੱਕ ਕਰੇ। ਔਰ ਇਹ ਵੀ ਕਲਰ ਦੇਖੀਏ, ਨਾ ਤਾਂ ਇਹ ਔਰੇਂਜ ਹੈ, ਔਰ ਆਪ ਚੈੱਕ ਕਰ ਸਕਦੇ ਅਲੱਗ ਸਹੀ ਕਲਰ ਹੈ। ਇਹ ਸਰ ਇੰਗਲਿਸ਼ ਕਲਰ ਆ ਗਿਆ, ਇਹ ਨਾ ਰਸਟ ਕਲਰ ਹੈ ਜੀ, ਬਿਲਕੁਲ ਇੰਗਲਿਸ਼ ਕਲਰ ਹੈ। ਅਤੇ ਨਾਲ ਇਹਦੇ ਕੱਪੜੇ ਦੀ ਪ੍ਰਿੰਟਿੰਗ ਦੇਖੋ, ਬਹੁਤ ਹੀ ਕੱਪੜੇ ਦੀ ਸਰ ਡਿਜ਼ਾਇਨਿੰਗ ਦੇਖੋ, ਬਹੁਤ ਹੀ ਖੂਬਸੂਰਤ ਜੀ। ਆਪ ਚੈੱਕ ਕਰ ਸਕਦੇ ਸਰ, ਪਿਆਰ ਬਹੁਤ ਮਿਲਦਾ ਪਿਆ ਹਰ ਵੀਡੀਓ ਦੇ ਵਿੱਚ,
ਬਹੁਤ ਪਿਆਰ ਮਿਲਦਾ ਪਿਆ। ਸੋ ਆਪ ਵੀ ਜਲਦੀ ਸੇ ਜਲਦੀ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਦਿਓ, ਕਿਉਂਕਿ ਹੁਣ ਕਈ ਟਾਈਮ ਤੋਂ ਸਰ ਡਿਮਾਂਡ ਆ ਰਹੀ ਸੀ ਜਿਹੜੀ ਆਪਣੀ ਬੁਟੀਕ ਵਾਲੀ ਹੈ ਭੈਣਾਂ ਨੇ ਜੀ, ਉਹ ਕਹਿੰਦੇ ਸੀ ਵੀਰੇ ਕੁਛ ਫੈਬਰਿਕ ਲੈ ਕੇ ਆਓ, ਸਾਨੂੰ ਫੈਬਰਿਕ ਚਾਹੀਦਾ ਜੀ ਬਿਲਕੁਲ। ਅਤੇ ਭਾਅ ਜੀ ਹੁਣ ਆਹ ਦੇਖੋ, ਇਹ ਜਿੰਨੇ ਵੀ ਨੇ ਨਾ, ਇਹ ਜਦੋਂ ਉਹਨਾਂ ਨੇ ਕਸਟਮਾਈਜ਼ ਕਰਕੇ ਸਰ ਸੇਲ ਕੀਤੀ ਨਾ, ਉਹਨਾਂ ਦਾ ਜਿਹੜਾ ਪ੍ਰੋਫਿਟ ਹੈ ਸਿੱਧਾ ਸਿੱਧਾ ਸਰ ਡਬਲ ਤੋਂ ਲੈ ਕੇ ਟ੍ਰਿਪਲ ਹੋਣਾ ਉਹਨਾਂ ਦਾ ਜੀ। ਇਹ ਕੱਪੜੇ ਵੀ ਸਰ ਸਾਰੇ ਫਾਈਨ ਵਾਲੇ ਨੇ, ਬ੍ਰਾਂਡ ਦੇ ਕੱਪੜੇ ਨੇ, ਮਤਲਬ ਕੋਈ ਲੋਕਲ ਨਹੀਂ ਹੈਗਾ ਇਹ। ਇੱਕ ਚੀਜ਼ ਪਹਿਲਾਂ ਦੱਸ ਦਿੰਦਾ, ਸਾਰੇ ਬ੍ਰਾਂਡ ਵਾਲੇ ਕੱਪੜੇ ਆ ਸਰ ਇਹ, ਬਿਲਕੁਲ ਜੀ, ਜਿੰਨੇ ਵੀ ਨੇ ਸਾਰੇ ਰਾਮਟੈਕਸ ਵਾਲੇ ਬੇਸ ਨੇ ਸਰ ਇਹ ਜੀ, ਕਿਉਂਕਿ ਇਹਦੇ ਵਿੱਚ ਰਾਮਟੈਕਸ, ਜੀਵਿਕਾ, ਆਰਟੈਕਸ, ਮੈਂ ਤੁਹਾਨੂੰ ਪਹਿਲਾਂ ਹੀ ਇੱਕ ਗੱਲ ਕਲੀਅਰ ਕਰਤੀ ਸੀ, ਇਹ 895 ਰੁਪਏ ਦੀ ਰੇਂਜ 'ਚ ਇਹ ਲੈ ਆਏ ਹਾਂ ਜੀ। ਬਿਲਕੁਲ ਸਰ, ਵਿਊਅਰਸ ਆਪ ਤੇ ਜੈਸਾ ਕਿ ਮੈਨੇ ਕਹਾ ਥਾ ਕਿ ਵੀਡੀਓ ਕੋ ਐਂਡ ਤੱਕ ਦੇਖਣਾ ਹੈ, ਬਹੁਤ ਫਾਇਦੇਮੰਦ ਆਜ ਕੀ ਜੋ ਹਮਨੇ ਆਰਟੀਕਲ ਦਿਖਾਏ ਹੈ, ਔਰ ਇਹ ਦੇਖੀਏ ਕਿਆ ਲਾਚ। ਹੁਣ ਆਹ ਕਲਰ ਦੇਖੋ ਕਿੰਨਾ ਬਿਊਟੀਫੁਲ ਕਲਰ ਆ, ਆਹ ਚੈੱਕ ਕਰੋ, ਵਾਕਈ ਹੈ ਕਲਰ ਸਰ ਬੋਲਦਾ ਮੂੰਹ ਉਹ ਕਲਰ, ਬਿਲਕੁਲ ਵੀਰ ਜੀ। ਆਹ ਦੇਖੋ ਨਾਲ ਬਾਰਡਰ ਪ੍ਰੋਪਰ ਬਣਿਆ ਹੈ, ਹਾਂਜੀ। ਇਹ ਸਾਰੇ ਬ੍ਰਾਂਡ ਦੇ ਆਰਟੀਕਲ ਹੈ, ਬ੍ਰਾਂਡ ਦੀ ਵਰਾਇਟੀ ਹੈ, ਇਹਦੇ ਵਿੱਚ ਕੋਈ ਵੀ ਲੋਕਲ ਕੱਪੜਾ ਨਹੀਂ ਹੈਗਾ, ਨਾਲੇ ਪਿਓਰ ਵਿਸਕੋਸ ਔਰਗੈਂਜ਼ਾ ਇਹ ਜੀ। ਹੁਣ ਇੱਕ ਆਹ ਚੈੱਕ ਕਰੋ, ਹਲੋ ਰੰਗਾ ਮੈਚ ਹੀ ਆਪ ਚੈੱਕ ਕਰ ਸਕਤੇ ਹੈ, ਵਾਕਈ ਬਹੁਤ ਹੀ ਲਾਜਵਾਬ ਦੀ ਗਈ ਹੈ, ਵਿਵਰਸ ਆਪ ਚੈੱਕ ਕੀਜੀਏਗਾ। ਔਰ ਪ੍ਰਾਈਸ ਰੇਂਜ ਜੈਸੇ ਕਿ ਸਰ ਬਤਾ ਰਹੇ ਹੈ, ਮਾਤਰ 895 ਰੁਪਏ ਕੀ ਰੇਂਜ ਮੈਂ ਆਪਕੋ ਦੇ ਦਿਆ, ਸਿੰਗਲ ਸੂਟ ਵੀ ਆਪ ਲੈ ਸਕਤੇ ਹੈ ਯਹਾਂ ਸੇ ਆਪ। ਹਲੋ ਸਰ 895 ਜੀ ਜੀ, 895 ਦੀ ਸਰ ਰਹੇਗੀ ਇਹਦੀ ਰੇਂਜ, ਕਲਰ ਵੀ ਦਿਖਾ ਤੇ ਤੁਹਾਨੂੰ ਆਪਾਂ, ਇਹਦੇ ਸਰ ਪ੍ਰਿੰਟ ਵੀ ਦਿਖਾ ਤੇ ਜੀ, ਡਿਜ਼ਾਇਨਿੰਗ ਵੀ ਸਰ ਆਪਾਂ ਬਹੁਤ ਜ਼ਿਆਦਾ ਦਿਖਾ ਤੀ, ਅਤੇ ਜਾਂਦੇ ਜਾਂਦੇ ਕੁਛ ਕੀ ਆਰਟੀਕਲ ਆਪਾਂ ਗਰਮ ਦੇ ਦਿਖਾ ਦਈਏ। ਹਾਂ ਬਿਲਕੁਲ, ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਵੀਡੀਓ ਕਿੱਦਾਂ ਦੀ ਲੱਗੀ ਹੈ, ਸਿਰਫ ਤੁਹਾਨੂੰ ਇੱਕ ਝਲਕ ਹੋਰ ਦਿਖਾਉਣ ਲੱਗਿਆ ਵੀ ਰਾਮਟੈਕਸ ਦੇ ਵਿੱਚ ਹੋਰ ਕੀ ਇੰਪਰੂਵਮੈਂਟ ਹੋਈ ਹੈ ਸੀਆ ਦੇ ਵਿੱਚ। ਉਹ ਭਾਅ ਜੀ ਹੁਣ ਇੱਕ ਚੀਜ਼ ਹੋਰ ਲਓ ਜੀ, ਬਿਲਕੁਲ ਇਹਦੇ ਨਾਲ ਦਾ ਨਾ ਸੇਮ ਕੱਪੜਾ ਆਪਾਂ ਪਹਿਲਾਂ ਵੇਚਿਆ, ਪਰ ਉਹ ਕੱਪੜੇ ਅਤੇ ਇਹ ਕੱਪੜੇ 'ਚ ਫਰਕ ਬਹੁਤ ਹੈ। ਓਕੇ ਆ ਲਓ, ਲਾਓ ਕੱਪੜੇ ਨੂੰ ਹੱਥ, ਇਹ ਪਿਓਰ ਮਰੀਨੋ ਵੂਲ ਹੈ ਸਰ, ਪਿਓਰ ਮਰੀਨੋ ਵੂਲ ਜੀ ਜੀ ਬਿਲਕੁਲ, ਠੀਕ ਹੈ ਜੀ, ਲਾਓ ਕੱਪੜੇ ਨੂੰ ਹੱਥ, ਹੈ ਚੀਜ਼ ਹੈਵੀ ਅਤੇ ਨਾਲੇ ਥਿੱਕ ਕੱਪੜਾ ਇਹ, ਵਾਕਈ। ਆ ਲਓ ਹੁਣ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਦਿਖਾਵਾ ਰਾਮਟੈਕਸ ਜੀ, ਦਿਖ ਗਿਆ ਸਰ, ਬਿਲਕੁਲ ਵੀਰ ਜੀ। ਅਤੇ ਇਹ ਸਰ ਰਾਮਟੈਕਸ ਬ੍ਰਾਂਡ ਦਾ ਆਰਟੀਕਲ ਰਹੇਗਾ, ਹਾਂਜੀ। ਇਹਦੇ ਵਿੱਚ ਸਰ ਆਪਾਂ ਤੁਹਾਨੂੰ ਦੇ ਦੇਣੇ ਨੇ, ਆ ਲਓ ਵਰਾਇਟੀ ਸਰ ਸੀਆ ਕਲੈਕਸ਼ਨ ਦੇ ਵਿੱਚ ਬੜੀ ਪ੍ਰੀਮੀਅਮ ਅਤੇ ਬੜੀ ਜ਼ਬਰਦਸਤ ਵਰਾਇਟੀ ਆਈ ਹੋਈ ਹੈ। ਇਹ ਕੱਪੜਾ ਨਾ ਪੂਰਾ ਥਿੱਕ ਹੈ ਸਰ, ਇਹ ਪਾ ਕੇ ਠੰਡ ਨਹੀਂ ਲੱਗਣੀ, ਚਾਹੇ ਕੁੱਲੂ ਮਨਾਲੀ ਕਸ਼ਮੀਰ ਜਿੱਥੇ ਮਰਜ਼ੀ ਚੱਲ ਜਾਣ ਇਹ। ਓਕੇ ਆਹ ਦੇਖੋ ਸਰ ਰਾਮਟੈਕਸ, ਠੀਕ ਹੈ ਜੀ। ਇਹ ਸਿਰਫ ਇੱਕ ਲਾਸਟ ਜਾਂਦੇ ਜਾਂਦੇ ਮੈਂ ਕਿਹਾ ਇੱਕ ਝਲਕ ਦਿਖਾ ਜੀ ਆਪਾਂ ਵੀ, ਫੁੱਲ ਫਲੈਸ਼ ਵਰਾਇਟੀ ਆ ਚੁੱਕੀ ਹੈ ਜੀ, ਤੁਸੀਂ ਜਿੰਨੇ ਮਰਜ਼ੀ ਪੀਸ ਲੈ ਲਓ, ਇੱਕ ਲੈ ਲਓ, ਦੋ ਲੈ ਲਓ। ਹੁਣ ਕਈ ਭਰਾ ਭੈਣ ਭਰਾ ਕਹਿੰਦੇ ਨੇ ਕਮੈਂਟ ਕਰਕੇ ਵੀ ਆਪ ਇੱਕ ਪੀਸ ਦਿਓਗੇ, ਹਾਂਜੀ ਇੱਕ ਵੀ ਦੇਵਾਂਗੇ। ਹਲੋ ਸਰ ਰਾਮਟੈਕਸ, ਮਤਲਬ ਸਿੰਗਲ ਪੀਸ ਬਾਕੀ ਯਹਾਂ ਪੇ ਜ਼ਰੂਰ ਮਿਲੇਗਾ, ਔਰ ਹਮਕੋ ਇਤਨਾ ਪਤਾ ਹੈ ਕਿ ਅਗਰ ਆਪ ਸਿੰਗਲ ਲੋਗੇ। ਭਾਅ ਜੀ ਇੱਕ ਚੀਜ਼ ਹੋਰ ਦੱਸ ਦਿੰਦਾ, ਜਿਹੜਾ ਕੱਪੜਾ ਇਹ ਪਿਓਰ ਕੋਟਸਵੂਲ ਕੱਪੜਾ ਹੁੰਦਾ, ਇਹ ਕੱਪੜੇ ਦੇ ਵਿੱਚ ਇਹ ਪਾ ਕੇ ਸੋ ਜਾਣ, ਇਹ ਕੱਪੜੇ 'ਚ ਕਦੀ ਵੀ ਰੇਜ਼ਿੰਗ ਨਹੀਂ ਆਉਂਦੀ ਕਦੀ ਵੀ ਜੀ। ਹਲੋ ਸਰ ਹੁਣ ਆਹ ਚੈੱਕ ਕਰੋ, ਕਿਆ ਨਿਕਲਿਆ ਇਸ ਆਰਟੀਕਲ ਦਾ, ਇਹ ਕਿੰਨਾ ਕੀ ਹੋਣਾ ਚਾਹੀਦਾ ਤੁਹਾਡੇ ਹਿਸਾਬ ਨਾਲ, ਦੱਸੋ ਰਾਮਟੈਕਸ ਦੀ ਪਿਓਰ ਕੋਟਸਵੂਲ ਆ ਇਹ। ਹਾਂਜੀ ਰੇਟ ਕੇ ਉੱਪਰ ਹੈ, ਮੈਨੇ ਤਾਂ ਆਪਕੋ ਹੀ ਪਤਾ 1500 ਵਾਲੇ ਵੀ ਦੇਖੇ ਹੋਏ ਹੈ, 2000 ਵਾਲੇ ਵੀ, 1000 ਵਾਲੇ ਵੀ, ਤਾਂ ਆਪ ਬਤਾਓ ਕਿ ਕਿਸ ਰੇਂਜ ਮੇਂ ਇਹ ਨਿਕਲਾ ਹੈ। ਹਲੋ ਸਰ
ਅੱਛਾ ਇਹ ਡਿਜੀਟਲ ਹੈ? ਹਾਂਜੀ ਓਕੇ ਡਿਜੀਟਲ ਪ੍ਰਿੰਟ ਦਾ ਕਨਸੈਪਟ ਹੈ ਭਾਜੀ, ਡਿਜੀਟਲ ਪ੍ਰਿੰਟ ਹੈ ਸਰ। ਹਾਂਜੀ ਤੇ ਇਹਦਾ ਜਿਹੜਾ ਸਰ ਰੇਟ ਦੇ ਦੇਣਾ ਆਪਾਂ ਜੀ ਸਰ, ਮੈਂ ਕਹਿੰਦਾ ਸਰ ਤੁਸੀਂ ਆਪ ਕਹਿ ਦੇਣਾ ਵੀ ਭਾਜੀ ਮਜ਼ਾ ਹੀ ਲਿਆ ਤੇ ਰੇਟਾਂ ਦੇ। ਹਾਂਜੀ ਇਹ ਸਰ ਆਪਾਂ ਬਾਬੇ ਨਾਨਕ ਦੀ 13 ਹੀ 13 1300 ਸਿਰਫ 1300 ਭਾਜੀ, ਭਾਜੀ ਇੱਕ ਨਾਲ ਇੱਕ ਫ੍ਰੀ ਹੈ, 1300 ਦੇ ਦੋ। ਅੱਛਾ 1300 ਦੇ ਦੋ, ਇੱਕ ਭਾਜੀ ਦੋ। ਕਿਆ ਬਾਤ ਹੈ ਕਿਆ ਬਾਤ ਹੈ, ਇਹ 1300 ਰੁਪਏ ਦੇ ਭਾਜੀ ਦੋ ਸੂਟ ਦੇਣੇ ਆ ਆਪਾਂ। ਹਲੋ ਸਰ ਲਾਓ ਕੱਪੜੇ ਨੂੰ ਹੱਥ, ਖੂਬਸੂਰਤ ਸੇ ਪ੍ਰਿੰਟਸ 1300 ਕੇ ਦੋ। ਹਾਂਜੀ 1300 ਦੇ ਦੋ, ਤੇ ਆਲੋ ਸਰ ਆਪਾਂ ਬਜ਼ੁਰਗਾਂ ਨੂੰ ਥੋੜ੍ਹਾ ਨਾਰਾਜ਼ ਕਰਨਾ। ਵਾਕਈ ਜੀ ਇਨਕਾ ਤੋਂ ਸਭਸੇ ਪਹਿਲੇ ਆਸ਼ੀਰਵਾਦ ਚਾਹੀਏ ਆਪਸੇ ਕੀਜੇਗਾ ਵਿਊਅਰਸ, ਆਪਕੇ ਲਈ ਵੀ ਖਾਸ ਪ੍ਰਿੰਟਸ ਹੈ। ਔਰ ਆ ਚੈੱਕ ਕਰੋ ਸਰ, ਬਜ਼ੁਰਗਾਂ ਵਾਸਤੇ ਵੀ ਲੈ ਆਏ ਹਾਂ ਆਪਾਂ। ਵਾਕਈ ਵੀਰ ਜੀ ਆਲੋ ਸਰ ਬਜ਼ੁਰਗਾਂ ਵਾਸਤੇ ਵੀ ਰਾਮ ਟੈਕਸ ਤੇ ਲੈ ਆਏ ਹਾਂ ਬਿਸਕੁਟੀ ਸਕਿਨ ਕਲਰ, ਆ ਚੈੱਕ ਕਰੋ ਸਰ। ਬਿਲਕੁਲ ਵੀਰ ਜੀ, ਹੁਣ ਸਰ ਇਹਦੇ ਵਿੱਚ ਹੀ ਕਲਰ ਵੀ ਲੈ ਆਏ ਆ। ਓਕੇ ਆ ਚੈੱਕ ਕਰੋ ਕਿਆ ਬਾਤ ਹੈ, ਆ ਲੋ ਆ ਦੇਖੋ ਬਹੁਤ ਹੀ ਲਾਜਵਾਬ ਰਾਮ ਟੈਕਸ ਬ੍ਰਾਂਡ ਸਰ, ਇੰਡੀਆ ਨੰਬਰ 1 ਬ੍ਰਾਂਡ, ਇਸ ਤੋਂ ਉੱਪਰ ਕੋਈ ਬ੍ਰਾਂਡ ਨਾ ਬਣਿਆ ਤੇ ਸਰ ਨਾ ਹੀ ਮੈਨੂੰ ਲੱਗਦਾ ਕਦੀ ਬਣਨਾ। ਬਿਲਕੁਲ ਵੀਰ ਜੀ, ਮਤਲਬ ਫੈਬਰਿਕ ਕੀ ਕੁਆਲਿਟੀ ਵਾਕਈ ਬਹੁਤ ਫਾਈਨ ਹੈ ਔਰ ਇਸਕੋ ਮੇਨਟੇਨ ਕਰਕੇ ਰੱਖਿਆ ਆਜ ਸੇ ਨਹੀਂ ਪਿਛਲੇ ਬਹੁਤ ਸਾਲੋਂ ਸੇ। ਤੇ ਆਲੋ ਸਰ ਇਹਦੇ ਵਿੱਚ ਹੀ ਆ ਗਿਆ ਤੀਜਾ ਕਲਰ ਤੁਹਾਡਾ ਪਿਸਤਾ ਕਲਰ ਜੀ ਵੀਰ ਜੀ, ਆ ਚੈੱਕ ਕਰੋ। ਠੀਕ ਹੈ ਜੀ, ਬਿਲਕੁਲ ਵੀਰ ਜੀ, ਤੇ ਰੇਟ ਹੁਣ ਤੁਹਾਨੂੰ ਦੱਸ ਦਿੱਤਾ ਆਪਾਂ 1300 ਦੇ ਸਰ ਦੋ ਪੀਸ ਦੇ ਦੇਣੇ ਆ, ਉਹ ਵੀ ਇਹ ਹੁਣ ਸਰ ਅੱਜ ਦੀ ਵੀਡੀਓ ਮੇਰੇ ਹਿਸਾਬ ਨਾਲ ਤਾਂ ਭੈਣਾਂ ਨੂੰ ਭਰਾਵਾਂ ਨੂੰ ਬਹੁਤ ਜ਼ਿਆਦਾ ਪਸੰਦ ਆਈ ਹੋਣੀ ਹੈ, ਲਾਈਕ ਵੀ ਕਰਨਾ ਇਹਨਾਂ ਨੇ, ਸਬਸਕ੍ਰਾਈਬ ਵੀ ਕਰਨਾ, ਸ਼ੇਅਰ ਵੀ ਕਰਨਾ ਤੇ ਪਿਆਰੇ ਪਿਆਰੇ ਕਮੈਂਟ ਤਾਂ ਭੈਣਾਂ ਨੇ ਆਪ ਕਰ ਹੀ ਦੇਣੇ ਆ। ਉਮੀਦ ਕਰਦਾ ਅੱਜ ਵਾਸਤੇ ਬਹੁਤ ਕੁਛ ਤੁਹਾਨੂੰ ਨਵੀਂ ਨਵੀਂ ਚੀਜ਼ਾਂ ਦੇਖਣ ਨੂੰ ਮਿਲੀਆਂ ਹੋਣਗੀਆਂ, ਇੰਪਰੂਵਮੈਂਟ ਕਰ ਰਹੇ ਹਾਂ ਬਸ, ਜਿੱਦਾਂ ਜਿੱਦਾਂ ਭੈਣਾਂ ਦੇ ਮੈਸੇਜ ਆਉਂਦੇ ਨੇ ਕਮੈਂਟ ਆਉਂਦੇ ਨੇ ਅਤੇ ਕਮੈਂਟ ਜ਼ਰੂਰ ਕਰਿਓ। ਅਤੇ ਜਿਹੜਾ ਤੁਹਾਨੂੰ ਮੈਂ ਕਿਹਾ ਸੀ ਗਿਫਟ ਵਾਲਾ ਕੰਮ, ਉਹ ਭੈਣ ਹੈ ਨਹੀਂ ਅੱਜ, 2 ਦਿਨਾਂ ਤੋਂ ਬਿਮਾਰ ਹੈ, ਟਾਈਫਾਇਡ ਹੋਇਆ ਹੈ ਉਹਨੂੰ ਅਤੇ ਹਜੇ 1-2 ਦਿਨ ਉਹਨੂੰ ਹੋਰ ਲੱਗ ਜਾਣਾ ਹਜੇ ਪ੍ਰੋਪਰ ਫਿੱਟ ਹੋਣ ਨੂੰ, ਜਦੋਂ ਆਊਗੀ ਫਿਰ ਆਪਾਂ ਨਾਲ ਹੀ ਸਾਰਿਆਂ ਦੇ ਕਮੈਂਟ ਵੀ ਕੱਢ ਦੇਣੇ ਹੈ ਅਤੇ ਭਾਅ ਜੀ ਆਪਾਂ ਗਿਫਟ ਵੀ ਕੱਢ ਦੇਣੇ ਹੈ ਜੀ ਜੀ ਬਿਲਕੁਲ। ਤੋ ਵਿਵਰਸ ਜਲਦੀ ਮਿਲਦੇ ਐਸੇ ਵੀਡੀਓ ਮੈਂ, ਤਦ ਤੱਕ ਕੇ ਲਈ ਨਮਸਕਾਰ, ਸਤਿ ਸ਼੍ਰੀ ਅਕਾਲ ਹੈ ਨਾਤਾ।